मेरे आइडल मेरे पापा ही है। प्लेयर्स ਦੇ ਵਿੱਚ ਜਿੱਦਾਂ ਸੀ ਥਰੋਅਰਸ ਹੈ, ਥਰੋਅਰਸ ਦੀ ਡਾਈਟ ਮਤਲਬ ਬਹੁਤ ਉੱਠ ਕੇ 5:30 ਉੱਠਦੇ ਤੇ ਸਿੱਧੇ ਗਰਾਊਂਡ ਵਿੱਚ ਹੀ ਆਣਾ ਹੁੰਦਾ ਸਵੇਰੇ। ਬਾਕੀ ਸਾਰੇ ਪਲੇਅਰਸ ਨਾਲੋਂ ਮਤਲਬ ਬਹੁਤ ਵੱਧ ਡਾਈਟ ਲੈਣੀ ਪੈਂਦੀ ਸਾਨੂੰ, ਤੇ ਕਿਉਂਕਿ ਤਕੜੇ ਰਹਿਣਾ ਸਾਨੂੰ ਟੈਕਨੀਕ ਜ਼ਿਆਦਾ ਕਰਨੀ ਪੈਣੀ, ਸਾਡੀ ਪਾਵਰ ਗੇਮ ਹੈ। ਛੋਟੇ ਹੁੰਦੇ ਮੈਂ ਲਾਤਾ ਸੀ ਇਹਨਾਂ ਨੂੰ ਗੇਮ ਦੇ ਵਿੱਚ, ਤਾਂ ਕਿਉਂਕਿ ਮੈਨੂੰ ਐਸੀ ਕਿ ਜਿਹੜਾ ਕੰਮ ਮੈਂ ਨਹੀਂ ਕਰ ਸਕਿਆ ਉਹ ਮੈਂ ਬੱਚਿਆਂ ਰਾਹੀਂ ਕਰਾਂਗਾ ਹੁਣ। ਤੇ ਜਿੰਨੀ ਦੀ ਉਮਰ ਹੈ ਉਹਦੇ ਚੋਂ 2-3 ਸਾਲ ਕੱਢ ਲਓ, ਠੀਕ ਹੈ, ਉਹਨਾਂ ਦੀ ਬਾਕੀ ਸਾਰੀ ਉਹਨਾਂ ਦੀ ਗਰਾਊਂਡ ਦਾ ਹੀ ਏਜ ਬਣ ਜਾਂਦੀ। ਕੋਸ਼ਿਸ਼ ਕੀਤੀ ਕਿ ਆਪਣੇ ਬੱਚਿਆਂ ਰਾਹੀਂ ਉਹ ਸੁਪਨੇ ਆਪਾਂ ਪੂਰੇ ਕਰੀਏ। ਓਲੰਪਿਕ ਮੈਡਲ ਜਿੱਤਣ ਦੀਆਂ ਵੈਸੇ ਤਾਂ ਲਾਈ ਬੈਠੇ ਸੀ ਉਮੀਦਾਂ। ਕਿਉਂਕਿ ਉਹਨਾਂ ਨੂੰ ਇਹੀ ਦੱਸਿਆ ਗਿਆ ਜੀ ਜੰਮਣ ਤੋਂ ਬਾਅਦ ਕਿ ਤੁਸੀਂ ਬੱਚੇ ਖਿਡਾਰੀ ਹੋ ਬਣਨਾ। ਨਹੀਂ ਸਰ, ਅਸੀਂ ਮਤਲਬ ਜੇ ਸੂਟ ਨਹੀਂ ਪਾਉਂਦੇ ਤਾਂ ਐ ਨਹੀਂ ਵੀ ਅਸੀਂ ਆਪਣੇ ਕਲਚਰ ਨਾਲ ਜੁੜੇ ਨਹੀਂ। ਦੋਸਤੋ, ਹਰ ਪਲੇਅਰ ਦਾ ਹਰ ਐਥਲੀਟ ਦਾ ਸੁਪਨਾ ਹੁੰਦਾ ਕਿ ਉਹ ਆਪਣੇ ਦੇਸ਼ ਲਈ ਆਪਣੀ ਸਟੇਟ ਲਈ ਕੋਈ ਵੱਡੀ ਅਚੀਵਮੈਂਟ ਕਰੇ, ਪਰ ਕਈ ਪਲੇਅਰਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਆ। ਕਈ ਵਾਰੀ ਹਾਲਾਤ ਸਾਥ ਨਹੀਂ ਦਿੰਦੇ, ਕਈ ਵਾਰੀ ਜੇਬ ਸਾਥ ਨਹੀਂ ਦਿੰਦੀ, ਜਾਂ ਫਿਰ ਸਰੀਰ ਸਾਥ ਨਹੀਂ ਦਿੰਦਾ, ਅਤੇ ਕਿਤੇ ਨਾ ਕਿਤੇ ਜਾ ਕੇ ਕਈ ਵਾਰ ਸਰਕਾਰਾਂ ਸਾਥ ਨਹੀਂ ਦਿੰਦੀਆਂ, ਅਤੇ ਉਹ ਸੁਪਨੇ ਅਧੂਰੇ ਰਹਿ ਜਾਂਦੇ ਆ। ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਆ, ਹਰਿਆਣੇ ਦੇ ਇੱਕ ਭਲਵਾਨ ਮਹਾਵੀਰ ਫੋਗਾਟ ਦੇ ਉੱਪਰ ਫਿਲਮ ਬਣੀ ਸੀ ਦੰਗਲ। ਉਹ ਭਲਵਾਨ ਜੀ ਦੇ ਜਿਹੜੇ ਸੁਪਨੇ ਸੀਗੇ ਅਤੇ ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੀਆਂ ਧੀਆਂ ਨੇ, ਉਹ ਪੂਰੇ ਕੀਤੇ, ਹੈ ਨਾ। ਉਹਨਾਂ ਤੁਸੀਂ ਉਹ ਸਾਰੀ ਸਟੋਰੀ ਤੋਂ ਤੁਸੀਂ ਸਾਰੇ ਵਾਕਫੀ ਹਾਂ। ਅੱਜ ਤੁਹਾਨੂੰ ਅਜਿਹੇ ਇੱਕ ਬਾਪ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਪਿੰਡ ਸਮੁੰਦੜੀਆਂ, ਜ਼ਿਲ੍ਹਾ ਰੋਪੜ ਅਤੇ ਤਹਿਸੀਲ ਆਨੰਦਪੁਰ ਸਾਹਿਬ ਦੇ ਵਸਨੀਕ ਆ, ਜੋ ਕਿ ਇੱਕ ਚੰਗੇ ਐਥਲੀਟ ਹੁੰਦੇ ਸੀ ਆਪਣੇ ਸਕੂਲ ਟਾਈਮ, ਆਪਣੇ ਕਾਲਜ ਟਾਈਮ, ਬਟ ਉਹਨਾਂ ਦੇ ਵੀ ਬਹੁਤ ਵੱਡੇ ਸੁਪਨੇ ਸੀ, ਪਰ ਉਹ ਸੁਪਨੇ ਕਿਤੇ ਨਾ ਕਿਤੇ ਅਧੂਰੇ ਰਹਿ ਗਏ, ਕੁਝ ਕਾਰਨਾਂ ਕਰਕੇ ਉਹ ਸੁਪਨੇ ਪੂਰੇ ਨਹੀਂ ਹੋ ਸਕੇ। ਪਰ ਉਹਨਾਂ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਨੂੰ ਇੱਕ ਜਨੂਨ ਸੀਗਾ। ਉਹਨਾਂ ਨੇ ਆਪਣੇ ਸੁਪਨੇ ਪੂਰੇ ਕਰਨ ਲਈ ਚੁਣ ਲਿਆ ਆਪਣੀਆਂ ਧੀਆਂ ਨੂੰ। ਉਹਨਾਂ ਦੀਆਂ ਧੀਆਂ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ। ਅੱਜ ਉਹਨਾਂ ਦੀ ਧੀ ਜੈਸਮੀਨ ਕੌਰ ਨੇ ਪੰਜਾਬ ਨੂੰ 2 ਵਾਰੀ ਗੋਲਡ ਮੈਡਲ ਲੈ ਕੇ ਦਿੱਤਾ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਦੇ ਨਾਲ, ਅਤੇ ਜਾਣਦੇ ਹਾਂ ਉਹਨਾਂ ਦੀ ਸਾਰੀ ਇਸ ਸਟੋਰੀ ਬਾਰੇ। ਤੁਸੀਂ ਜੁੜੇ ਹੋ PB07 ਦੇ ਨਾਲ, ਅਤੇ ਆਓ ਤੁਹਾਨੂੰ ਮਿਲਾਉਂਦੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਨੂੰ। ਅਤੇ ਲਓ ਜੀ, ਤੁਹਾਡੀ ਅੱਜ ਗੱਲਬਾਤ ਕਰਾਉਂਦੇ ਹਾਂ ਜੀ ਸਰਦਾਰ ਬਲਵਿੰਦਰ ਸਿੰਘ ਜੀ ਦੇ ਨਾਲ, ਜਿਹੜੇ ਬਾਬਾ ਜੁਝਾਰ ਸਿੰਘ ਸਕੂਲ ਅਤੇ ਬਾਬਾ ਜੁਝਾਰ ਸਿੰਘ ਅਕੈਡਮੀ ਦੇ ਪ੍ਰਿੰਸੀਪਲ ਆ, ਅਤੇ ਨਾਲ ਨਾਲ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ, ਅਤੇ ਇੱਕ ਕੋਚ ਵੀ ਆ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਭਾਅ ਜੀ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਮਤਲਬ ਆ ਸਟਾਰਟ ਕੀਤੀ ਹੋਈ ਹੈ ਅਕੈਡਮੀ, ਇਹ ਤੁਹਾਡੇ ਦਿਮਾਗ 'ਚ ਕਦੋਂ ਆਇਆ ਵੀ ਮੈਂ ਮਤਲਬ ਇੱਕ ਸਕੂਲ 'ਚ ਅਕੈਡਮੀ ਚਲਾਉਣੀ? ਕਿਉਂਕਿ ਬਹੁਤ ਸਾਰੇ ਪ੍ਰਿੰਸੀਪਲ ਤਾਂ ਇੱਦਾਂ ਦੇ ਆ ਵੀ ਕਹਿੰਦੇ ਸਰ ਮਤਲਬ ਬੈਠੇ ਰਹੀਏ ਦਫ਼ਤਰ ਦੇ ਵਿੱਚ, ਵੀ ਸਾਨੂੰ ਕੁਛ ਕਰਨਾ ਨਾ ਪਵੇ, ਪੈਸੇ ਕਹਿੰਦੇ ਮੋਟੇ ਡਿੱਗਦੇ ਆ। ਐਕਚੁਲੀ ਅਸੀਂ ਪਹਿਲਾਂ ਵੀ ਗੱਲ ਕੀਤੀ ਸਰ ਕਿ ਜਨੂਨ ਹੁੰਦਾ ਹੈ ਨਾ, ਹਾਂਜੀ, ਇੱਕ ਜਿੱਦ ਹੁੰਦੀ, ਕਿਉਂਕਿ ਮੈਂ ਆਪ ਇੱਕ ਐਥਲੀਟ ਹੁੰਦਾ ਸੀ ਅਸਲ 'ਚ, ਠੀਕ ਹੈ ਜੀ, ਅਤੇ ਕਾਫੀ ਮੱਲਾਂ ਮਾਰੀਆਂ ਹੈ ਨਾ, ਸਪੋਰਟਸ ਕਾਲਜ ਦੇ ਵਿੱਚ ਸੀਗਾ ਮੈਂ, ਠੀਕ ਹੈ ਜੀ, ਅਤੇ ਚਲੋ ਕੁਛ ਕਾਰਨਾਂ ਕਰਕੇ ਆਪਾਂ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਨਹੀਂ ਪਹੁੰਚ ਸਕੇ ਓਲੰਪਿਕ ਮੈਡਲ ਜਿੱਤਣ ਦੀਆਂ, ਵੈਸੇ ਤਾਂ ਲਾਈ ਬੈਠੇ ਸੀ ਉਮੀਦਾਂ, ਜਿਵੇਂ ਹਰ ਖਿਡਾਰੀ ਦਾ ਹੁੰਦਾ ਹੀ ਆ ਸੁਪਨਾ, ਠੀਕ, ਅਤੇ ਬਟ ਕਿਉਂਕਿ ਕਿਸੇ ਕਾਰਨ ਕਰਕੇ ਨਹੀਂ ਪੂਰਾ ਹੋਇਆ, ਚੰਗੀ ਕੋਈ ਗਾਈਡ ਨਹੀਂ ਕੀਤਾ ਕਿਸੇ ਨੇ, ਅਤੇ ਹੁਣ ਫਿਰ ਜਦੋਂ ਸਕੂਲ ਸਟਾਰਟ ਕੀਤਾ ਉਸ ਤੋਂ ਬਾਅਦ ਫਿਰ ਕੋਸ਼ਿਸ਼ ਕੀਤੀ ਕਿ ਆਪਣੇ ਬੱਚਿਆਂ ਰਾਹੀਂ ਉਹ ਸੁਪਨੇ ਆਪਾਂ ਪੂਰੇ ਕਰੀਏ। ਅਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਰੋਕਦਾ, ਮੈਨੂੰ ਇਹ ਦੱਸਿਓ ਕਿ ਤੁਸੀਂ ਜਿਹੜੀ ਸਪੋਰਟਸ ਕਰਦੇ ਹੁੰਦੇ ਸੀ, ਤੁਸੀਂ ਕਿਹੜੀ ਕਿਹੜੀ ਖੇਡ ਦੇ ਵਿੱਚ ਖੇਡ ਖੇਡਦੇ ਸੀ? ਮੈਂ ਐਥਲੈਟਿਕਸ ਕਰਦਾ ਹੁੰਦਾ ਸੀ ਜਿਹਦੇ ਵਿੱਚ 100 ਮੀਟਰ, 200 ਮੀਟਰ, ਠੀਕ ਹੈ ਜੀ, ਸ਼ਾਰਟ ਫੁੱਟ ਵੀ ਕਰਦਾ ਸੀ, ਲੌਂਗ ਜੰਪ, ਟ੍ਰਿਪਲ ਜੰਪ ਵੀ ਕਰਦਾ ਸੀ, ਠੀਕ ਹੈ ਜੀ, ਵੈਸੇ ਮੈਂ ਬੇਸਿਕਲੀ ਹੈਂਡਬਾਲ ਦਾ ਪਲੇਅਰ ਸੀ, ਠੀਕ ਹੈ ਜੀ, ਹੈਂਡਬਾਲ ਚੰਗਾ ਖੇਡਦਾ ਸੀ, ਅਤੇ ਉੱਥੇ ਮੈਨੂੰ ਕੁਛ ਐਥਲੈਟਿਕਸ ਦੇ ਮੈਨੂੰ ਕੋਚਿਜ਼ ਨੇ ਕਿਹਾ ਕਿ ਥੋੜ੍ਹਾ ਐਥਲੈਟਿਕਸ ਤੂੰ ਚੰਗਾ ਕਰ ਸਕਦਾ, ਤੂੰ ਐਥਲੈਟਿਕਸ ਕਰ, ਠੀਕ, ਅਤੇ ਫਿਰ ਮੈਂ ਐਥਲੈਟਿਕਸ ਵੱਲ ਨੂੰ ਗਿਆ,
ਤੁਸੀਂ ਕਿ ਮਤਲਬ ਆਪਣੇ ਸਕੂਲ ਟਾਈਮ ਤੋਂ ਸਟਾਰਟ ਕੀਤਾ ਸੀ ਜਾਂ ਫਿਰ ਕਿੱਥੋਂ ਮਤਲਬ ਸਟਾਰਟ ਕੀਤਾ ਸੀ ਉਹ ਜ਼ਰੂਰ ਦੱਸੋ। ਸਕੂਲ ਟਾਈਮ ਤੋਂ ਸਾਡੇ ਉੱਥੇ ਪੀਟੀ ਹੁੰਦੇ ਸੀ ਦਰਸ਼ਨ ਸਿੰਘ, ਹੈਂਡਬਾਲ ਖਿਡਾਉਂਦੇ ਸੀ ਸਾਨੂੰ। ਗੌਰਮੈਂਟ ਸਕੂਲ ਕਾਨਪੁਰ ਖੂਹੀ ਦਾ ਵਿਦਿਆਰਥੀ ਸੀਗਾ ਮੈਂ। ਠੀਕ ਹੈ ਜੀ। ਅਤੇ ਉੱਥੇ ਸਾਡੇ ਲੋਕਲ ਹੀ ਸਕੂਲ ਹੈਗਾ, ਉੱਥੇ ਸਾਨੂੰ ਹੈਂਡਬਾਲ ਖਿਡਾਉਂਦੇ ਸੀ ਦਰਸ਼ਨ ਸਿੰਘ ਪੀਟੀ ਸੀਗੇ। ਠੀਕ ਹੈ। ਅਤੇ ਉਹਨਾਂ ਦੀ ਮਤਲਬ ਉਹਨਾਂ ਸਦਕਾ ਹੀ ਅਸੀਂ ਫਿਰ ਸਪੋਰਟਸ ਵਿੰਗ ਵਿੱਚ ਸਾਨੂੰ ਦਾਖਲਾ ਮਿਲ ਗਿਆ ਰੋਪੜ ਕਾਲਜ ਦੇ ਵਿੱਚ। ਅਤੇ ਰੋਪੜ ਕਾਲਜ ਦੇ ਵਿੱਚ ਉੱਥੇ ਚੰਗਾ ਹੈਂਡਬਾਲ ਖੇਡਿਆ ਆਪਾਂ, ਅਤੇ ਪੰਜਾਬ ਪੁਲਿਸ ਦੀ ਟੀਮ ਵਿੱਚ ਸਾਨੂੰ ਲੈ ਲਿਆ ਉਹਨਾਂ ਨੇ, ਭਰਤੀ ਹੋ ਗਏ ਸੀ ਅਸੀਂ ਸਪੋਰਟਸ ਬੇਸ 'ਤੇ। ਠੀਕ ਹੈ। ਪਰ ਕਿਉਂਕਿ ਜੋਬ ਕਰਨ ਦਾ ਨਹੀਂ ਸੀ, ਐਂ ਸੀ ਕੁਛ ਵੱਡਾ ਕਰਾਂਗੇ ਹਲੇ ਹੋਰ, ਠੀਕ ਹੈ, ਛੱਡੀ ਫਿਰ ਅਤੇ ਮੁੜ ਕੇ ਸਪੋਰਟਸ ਕਰਦੇ ਰਹੇ, ਪੜ੍ਹਦੇ ਰਹੇ। ਅਤੇ ਸਪੋਰਟਸ ਵਿੱਚ ਹੀ ਫਿਰ ਮੇਰੀ ਅਗਲੀ ਪੜ੍ਹਾਈ ਵੀ ਸਪੋਰਟਸ ਵਿੱਚ ਹੀ ਹੈਗੀ, ਮੈਂ ਡਿਗਰੀ ਕੀਤੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ। ਹਾਂਜੀ। ਮਤਲਬ ਤੁਸੀਂ ਪੰਜਾਬ ਪੁਲਿਸ ਦੀ ਜੋਬ ਛੱਡ ਦਿੱਤੀ ਸਿਰਫ ਆਪਣੇ ਇੱਕ ਜਨੂਨ ਲਈ ਕਿ ਮੈਂ ਕੁਛ ਵੱਡਾ ਕਰਨਾ ਦੇਸ਼ ਲਈ? ਠੀਕ ਆ ਜੀ, ਠੀਕ ਆ। ਵੈਸੇ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਕਿਸੇ ਨੇ ਕੁਛ ਅਚੀਵਮੈਂਟ ਕਰਨੀ ਹੋਵੇ ਨਾ, ਤਾਂ ਛੋਟੀਆਂ ਮੋਟੀਆਂ ਗੱਲਾਂ, ਇਹ ਜੋਬ ਵਗੈਰਾ ਹੈ ਨਾ, ਇਹ ਚੀਜ਼ ਛੱਡਣੀਆਂ ਪੈਂਦੀਆਂ, ਬਹੁਤ ਕੁਛ ਛੱਡਣਾ ਪੈਂਦਾ ਹੈ ਨਾ। ਇੱਕ ਪਲੇਅਰ ਨੂੰ ਤਾਂ ਆਪਣਾ ਸਰੀਰ ਤਿਆਰ ਕਰਨ ਲਈ ਮਤਲਬ ਬਹੁਤ ਕੁਛ ਛੱਡਣਾ ਪੈਂਦਾ ਹੈ ਨਾ, ਬਹੁਤ ਕੁਛ। ਅਤੇ ਫਿਰ ਤੁਸੀਂ ਭਾਅ ਜੀ ਸਕੂਲ ਕਦੋਂ ਸਟਾਰਟ ਕੀਤਾ? ਸਕੂਲ ਐਕਚੁਲੀ ਜਦੋਂ ਪੜ੍ਹ ਪੁੜ ਲਏ ਹੋ ਗਿਆ ਸਾਰਾ ਕੁਛ, ਅਤੇ ਪਹਿਲਾਂ ਤਾਂ ਸੀਗਾ ਜੋਬ ਨੂੰ ਅਸੀਂ ਛੱਡਦੇ ਸੀ। ਮੁੜ ਕੇ ਜਦੋਂ ਪੰਜਾਬ ਦਾ ਤੁਹਾਨੂੰ ਮਾਹੌਲ ਪਤਾ ਹੀ ਹੈ ਕਿ ਜੋਬਸ ਮਿਲੀਆਂ ਨਹੀਂ, ਮੁੜ ਕੇ ਜੋਬ ਮਿਲਦੀ ਨਹੀਂ ਸੌਖੀ। ਠੀਕ ਹੈ ਜੀ। ਜਦੋਂ ਲੋੜ ਪਈ ਜੋਬ ਦੀ, ਅਤੇ ਪਹਿਲਾਂ ਲੱਗਦਾ ਸੀ ਕਿ ਅਸੀਂ ਤਾਂ ਵੱਡਾ ਹੋ ਜਾਏਗਾ ਕੁਛ, ਹੈ ਨਾ, ਪਰ ਕੁਛ ਕਾਰਨਾਂ ਕਰਕੇ ਨਹੀਂ ਕਰ ਪਾਏ। ਅਤੇ ਜਦੋਂ ਜੋਬ ਨਹੀਂ ਸੀ ਕੋਈ ਵੀ, ਅਤੇ ਰੋਡ 'ਤੇ ਜ਼ਮੀਨ ਸੀਗੀ ਸਾਡੀ, ਅਤੇ ਸਾਡੇ ਡੈਡੀ ਹੋਰੀ ਵੀ ਕਾਫੀ ਮਤਲਬ ਇਹਨਾਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ, ਫੌਜੀ ਅਫਸਰ ਹੈਗੇ ਰਿਟਾਇਰ ਉਹ। ਠੀਕ। ਅਤੇ ਉਹਨਾਂ ਨੇ ਕਿਹਾ ਕਿ ਕਿਉਂ ਨਾ ਕੁਛ ਮੇਰੇ ਮਿੱਤਰ ਸੱਜਣ ਸੀਗੇ ਇਸ ਤਰ੍ਹਾਂ ਦੇ, ਉਹ ਕਹਿੰਦੇ ਸਕੂਲ ਸਟਾਰਟ ਕਰ ਦਿਓ। ਅਤੇ ਫਿਰ ਮੈਂ ਸਕੂਲ ਸਟਾਰਟ ਕੀਤਾ ਇੱਥੇ ਨਿੱਕਾ ਜਿਹਾ। ਠੀਕ। ਲੋਨ ਨਾਲ ਲੈ ਕੇ ਆਪਾਂ ਕੰਮ ਸਟਾਰਟ ਕੀਤਾ। ਠੀਕ। ਛੋਟੇ ਜਿਹੇ ਪੱਧਰ 'ਤੇ। ਠੀਕ। ਥੋੜ੍ਹੇ ਜਿਹੇ ਬੱਚੇ ਸੀਗੇ, ਅਤੇ ਹੌਲੀ ਹੌਲੀ ਸਕੂਲ ਡਿਵੈਲਪ ਹੁੰਦਾ ਗਿਆ ਸਮੇਂ ਦੇ ਨਾਲ, ਹੈ ਨਾ, ਅਤੇ ਸਕੂਲ ਵੀ ਚੱਲ ਨਿਕਲਿਆ ਅਤੇ ਬੱਚੇ ਵੀ ਆਪਣੇ। ਛੋਟੇ ਹੁੰਦੇ ਮੈਂ ਲਾ ਤਾ ਸੀ ਇਹਨਾਂ ਨੂੰ ਗੇਮ ਦੇ ਵਿੱਚ, ਤਾਂ ਕਿਉਂਕਿ ਮੈਨੂੰ ਐਂ ਸੀ ਕਿ ਜਿਹੜਾ ਕੰਮ ਮੈਂ ਨਹੀਂ ਕਰ ਸਕਿਆ ਉਹ ਮੈਂ ਬੱਚਿਆਂ ਰਾਹੀਂ ਕਰਾਂਗਾ ਹੁਣ। ਠੀਕ ਆ। ਅਤੇ ਕੁੜੀਆਂ ਸੀਗੀਆਂ ਮੇਰੀਆਂ ਦੋ। ਠੀਕ ਆ ਜੀ। ਦੋਨੇ ਮੈਂ ਗੇਮ ਵਿੱਚ ਪਾਤੀਆਂ, ਛੋਟੀਆਂ ਨਿੱਕੀਆਂ ਹੁੰਦੀਆਂ। ਇਹ ਮਤਲਬ ਜਿਹੜੇ ਤੁਹਾਡੇ ਬੱਚੇ ਆ ਦੋਨੇ ਗੁੱਡੀਆਂ, ਕਿੰਨੇ ਮਤਲਬ ਕਿੰਨੇ ਸਾਲ ਦੀ ਸੀ ਜਦੋਂ ਪ੍ਰੈਕਟਿਸ ਕਰਨੀ ਸਟਾਰਟ ਕਰਤੀ ਸੀ? ਜਦੋਂ ਭਾਜੀ ਸਟਾਰਟ ਕੀਤਾ ਇਹਨਾਂ, ਜਦੋਂ ਤੁਰਨਾ ਸਟਾਰਟ ਕੀਤਾ ਆਪਾਂ ਇਹਨੂੰ ਗਰਾਊਂਡ 'ਚ ਲੈ ਕੇ ਆਉਣਾ ਸਟਾਰਟ ਕਰ ਦਿੱਤਾ। ਹਾਂਜੀ। ਠੀਕ ਆ ਜੀ। ਅਤੇ ਜਿੰਨੀ ਇਹਦੀ ਉਮਰ ਹੈ ਉਹਦੇ 'ਚੋਂ 2-3 ਸਾਲ ਕੱਢ ਲਓ। ਠੀਕ ਹੈ। ਉਹਨਾਂ ਦੀ ਬਾਕੀ ਸਾਰੀ ਉਹਨਾਂ ਦੀ ਗਰਾਊਂਡ ਦਾ ਹੀ ਏਜ ਬਣ ਜਾਂਦੀ। ਠੀਕ ਆ ਜੀ। ਕਿਉਂਕਿ ਉਹਨਾਂ ਨੂੰ ਇਹੀ ਦੱਸਿਆ ਗਿਆ ਜੀ ਜੰਮਣ ਤੋਂ ਬਾਅਦ ਕਿ ਤੁਸੀਂ ਬੱਚੇ ਖਿਡਾਰੀ ਹੋ ਬਣਨਾ। ਉਹਨਾਂ ਨੇ ਵੀ ਮੇਰੀ ਇਹ ਗੱਲ ਪੂਰੀ ਤਰ੍ਹਾਂ ਨਾਲ ਦਿਲੋਂ ਐਕਸੈਪਟ ਕੀਤੀ ਕਿ ਹਾਂ ਅਸੀਂ, ਪਾਪਾ ਤੁਸੀਂ ਸਾਨੂੰ ਜੋ ਕਿਹਾ ਅਸੀਂ ਉਹੀ ਕੁਛ ਕਰਨਾ, ਅਤੇ ਬਹੁਤ ਇੰਟਰਸਟ ਹੈ ਉਹਨਾਂ ਨੂੰ। ਠੀਕ ਆ ਜੀ, ਠੀਕ ਆ। ਅਤੇ ਪ੍ਰੈਕਟਿਸ ਇਹਨਾਂ ਦੀ ਦੋਨੇ ਟਾਈਮ ਚੱਲਦੀ ਸਵੇਰੇ ਸ਼ਾਮ? ਹਾਂਜੀ, ਦੋਨੇ ਟਾਈਮ ਚੱਲਦੀ, ਅਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ। ਠੀਕ ਆ ਜੀ। ਬਹੁਤ ਸੈਕਰੀਫਾਈਸ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਦਾ ਸੀ ਕਿ ਜਿੱਦਾਂ ਸੋਸ਼ਲ ਫੰਕਸ਼ਨਸ ਵਗੈਰਾ ਹੁੰਦੇ, ਮੈਰਿਜ ਵਗੈਰਾ ਹੁੰਦੀਆਂ ਰਿਸ਼ਤੇਦਾਰੀ ਦੇ ਵਿੱਚ, ਸਾਰਾ ਕੁਛ ਛੱਡਿਆ ਅੱਜ ਤੱਕ, ਕੁਛ ਨਹੀਂ ਆਪਾਂ ਅਟੈਂਡ ਕੀਤਾ। ਠੀਕ ਆ। ਤਾਂ ਕਿ ਗੇਮ ਨਾ ਸਾਡੀ ਡਿਸਟਰਬ ਹੋਏ, ਅਤੇ ਇੰਨਾ ਕੁਛ ਕਰਨੇ ਕਰਕੇ ਹੀ, ਅਤੇ ਜਿਹੜੀਆਂ ਅਚੀਵਮੈਂਟਸ ਵੀ ਜਿਹੜੀਆਂ ਬੱਚਿਆਂ ਦੀਆਂ ਹੈਗੀਆਂ ਉਹ ਬਹੁਤ ਵਧੀਆ ਹੁੰਦੀਆਂ। ਠੀਕ ਹੈ। ਸੈਟਿਸਫਾਈ ਆ ਸੀ ਇਹਨਾਂ ਦੀ ਜਿਹੜੀ ਪਰਫੋਰਮੈਂਸ ਆ ਉਹ। ਠੀਕ ਆ ਜੀ। ਇੱਥੇ ਜਿੱਦਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿੱਦਾਂ ਹੁਣ ਆਪਾਂ ਨਾ ਬਹੁਤ ਸਾਰੇ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ, ਜਾਂ ਬਹੁਤ ਸਾਰੇ ਲੋਕ ਜਿੰਮ ਜੁਆਇਨ ਕਰਦੇ ਆ, ਅਕਸਰ ਨੂੰ ਕਹਿ ਦਿੰਦੇ ਆ ਕਿ ਅਸੀਂ ਸਾਡਾ ਭਾਰ ਵੱਧ ਗਿਆ ਵੀ ਜਿੰਮ ਲਾ ਲਈਏ, ਹੈ ਨਾ, ਉਹ ਮਹੀਨਾ 2 ਮਹੀਨੇ ਲਾ ਕੇ ਛੱਡ ਦਿੰਦੇ ਆ, ਫਿਰ ਉੱਥੇ ਆ ਜਾਂਦੇ ਆ। ਜਿਨ੍ਹਾਂ ਨੇ ਕੁਛ ਕਰਨਾ ਹੁੰਦਾ ਤਾਂ ਉਹ ਸਾਡੇ ਸਾਹਮਣੇ ਇਹਨਾਂ ਦੇ ਬੱਚੇ, ਹੈ ਨਾ, ਮਤਲਬ ਇਹਨਾਂ ਤੋਂ ਆਪਾਂ ਮੋਟੀਵੇਸ਼ਨ ਹੋ ਸਕਦਾ, ਕੋਈ ਵੀ ਮੋਟਿਵ ਹੋ ਕੇ ਮੋਟੀਵੇਸ਼ਨ ਲੈ ਸਕਦੇ ਹਾਂ ਆਪਾਂ। ਅਤੇ ਕਿਉਂਕਿ ਜਿਨ੍ਹਾਂ ਨੇ ਕੁਛ ਕਰਨਾ ਹੁੰਦਾ, ਦੇਖ ਲਓ ਕਿ ਉਹ ਕਿੰਨੇ ਸਾਲਾਂ ਤੋਂ, ਮਤਲਬ ਇਹਨਾਂ ਨੇ ਦੱਸਿਆ ਕਿ ਇੱਕ ਬੱਚੀ ਛੋਟੀ ਜਿਹੀ, ਉਹਦੀ ਜੇ 18 ਸਾਲ ਉਮਰ ਆ ਤਾਂ ਵਿੱਚੋਂ 2-3 ਸਾਲ ਕੱਢ ਦਿਓ, ਜਦੋਂ 3 ਸਾਲ ਦੀ ਸੀ ਉਦੋਂ ਹੀ ਉਹਨਾਂ ਨੇ ਪ੍ਰੈਕਟਿਸ ਸ਼ੁਰੂ ਕਰਤੀ। ਅਤੇ ਭਾਅ ਜੀ ਆਪਣੇ ਬੱਚੇ ਹੁਣ ਕਿਹੜੀ ਕਿਹੜੀ ਜਗ੍ਹਾ ਖੇਡ ਆਏ ਆ? ਜਗ੍ਹਾ ਤਾਂ ਪਿਛਲੇ ਸਮਝ ਲਓ ਜਦੋਂ ਇਹ ਬੱਚੀ 15 ਕੁ ਸਾਲ ਦੀ ਸੀ, 14 ਸਾਲ ਦੀ, ਅੰਡਰ 14 ਦੇ ਵਿੱਚ ਹੀ ਅਸੀਂ ਨੈਸ਼ਨਲ ਜਾਣਾ ਸਟਾਰਟ ਕਰ ਦਿੱਤਾ ਸੀ। ਉਦੋਂ ਹਲੇ 13 ਸਾਲ ਦੀ ਸੀ ਜਦੋਂ ਅਸੀਂ ਪਹਿਲਾ ਨੈਸ਼ਨਲ ਮੈਡਲ ਜਿੱਤ ਲਿਆ ਸੀਗਾ, ਉਨੇ ਹੋਈਆਂ ਸੀ ਸਕੂਲੀ ਨੈਸ਼ਨਲ, ਇੱਥੋਂ ਆਪਾਂ ਮੈਡਲ ਸਿਲਵਰ ਮੈਡਲ ਸੀ ਪਹਿਲਾਂ ਇਹਦਾ। ਠੀਕ ਆ ਜੀ। ਹਾਂਜੀ। ਅਤੇ ਉਸ ਤੋਂ ਬਾਅਦ ਇਹ ਅੰਡਰ 16 ਵਿੱਚ ਆ ਗਈ, ਅਤੇ ਅੰਡਰ 16 ਦਾ ਅਸੀਂ ਨੈਸ਼ਨਲ ਰਿਕਾਰਡ ਕੀਤਾ ਸੀਗਾ, ਰਾਂਚੀ ਹੋਈਆਂ ਸੀ ਗੇਮਸ ਉਹਦੇ ਵਿੱਚ। ਹਾਂਜੀ। ਉਸ ਤੋਂ ਬਾਅਦ ਸਕੂਲੀ ਨੈਸ਼ਨਲ ਹੋਈਆਂ ਜੀ 2 ਵਾਰ, ਇਹਨਾਂ ਸਕੂਲੀ ਨੈਸ਼ਨਲ ਦੇ ਵਿੱਚ 2018 'ਚ ਇਹਨੇ ਨੈਸ਼ਨਲ ਰਿਕਾਰਡ ਕੀਤਾ ਸਕੂਲੀ ਗੇਮਸ ਦੇ ਵਿੱਚ, ਉਹ ਦਿੱਲੀ ਹੋਈਆਂ ਸੀ। ਅਤੇ ਉਸ ਤੋਂ ਬਾਅਦ ਸੰਗਰੂਰ ਹੋਈਆਂ ਪੰਜਾਬ ਦੇ ਵਿੱਚ ਹੀ ਖੇਡਾਂ, ਇਹਨਾਂ ਆਪਣਾ ਹੀ ਰਿਕਾਰਡ ਬ੍ਰੇਕ ਕੀਤਾ ਜਿਹੜਾ ਆਪ ਹੀ ਪਿਛਲੇ ਸਾਲ ਬਣਾਇਆ ਸੀ।
ਠੀਕ ਹੈ ਜੀ। ਇਹ ਚੀਜ਼ਾਂ ਇਹ ਚੀਜ਼ ਦੋ ਵਾਰੀ ਨਾ ਰਿਪੀਟ ਕੀਤੀ, ਖੇਲੋ ਇੰਡੀਆ 2019 ਚ ਹੋਈ ਸੀ ਪੁਣੇ। ਤੇ ਇੱਕ ਸੈਕਿੰਡ ਮੈਂ ਤੁਹਾਨੂੰ ਇੱਥੇ ਮਾੜਾ ਜਿਹਾ ਰੋਕਦਾ, ਮੈਂ ਚਾਹੁੰਦਾ ਵੀ ਆਪਾਂ ਬੱਚਿਆਂ ਨੂੰ ਵੀ ਬੁਲਾ ਲਈਏ ਇੱਧਰ, ਤਾਂ ਫਿਰ ਸਾਰੀ ਗੱਲਬਾਤ ਉਹਨਾਂ ਦੇ ਨਾਲ ਹੀ ਹੋਵੇ। ਦਸ਼ਮੀ ਆ ਜਾਓ ਵੀ, ਬਸ ਸਾਰੇ ਆ ਜਾਓ, ਆ ਜਾਓ ਗੁਰਲੀਨਾ। ਤੇ ਸਾਰਿਆਂ ਤੋਂ ਪਹਿਲਾਂ ਤਾਂ ਵੀ ਛੋਟਿਆਂ ਨੂੰ ਤੇ ਵੱਡਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਠੀਕ ਹੈ, ਅਤੇ ਪਹਿਲਾਂ ਤਾਂ ਮੈਂ ਬੱਚਿਆਂ ਤੋਂ ਹੀ ਸਟਾਰਟ ਕਰੂੰਗਾ। ਹੁਣ ਜਿੱਦਾਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਕਿ ਇਹ ਮਤਲਬ ਇਹਨਾਂ ਨੇ ਕਦੇ ਅੱਜ ਤਾਈਂ ਕਿਸੇ ਫੰਕਸ਼ਨ 'ਚ ਨਹੀਂ ਗਏ, ਜਾਂ ਫਿਰ ਮਤਲਬ ਸੋਸ਼ਲ ਜਿਹੜੇ ਫੰਕਸ਼ਨ ਹੈ ਉਹ ਸਾਰੇ ਛੱਡੇ ਹੋਏ ਆ। ਮੈਨੂੰ ਇਹ ਦੱਸੋ ਵੀ ਬਾਪੂ ਤੁਹਾਡਾ ਸਟ੍ਰਿਕਟ ਕਿੰਨਾ ਕਿਆ? ਨਹੀਂ ਸਰ, ਜਮਾਂ ਹੀ ਸਟ੍ਰਿਕਟ ਨਹੀਂ ਹੈਗੇ, ਮਤਲਬ ਸਾਡੀ ਮਰਜ਼ੀ ਹੈ, ਜੋ ਅਸੀਂ ਚਾਹੁੰਦੇ ਉਹ ਸਾਨੂੰ ਕਰਨ ਦਿੰਦੇ। ਠੀਕ ਆ, ਮਤਲਬ ਇੱਦਾਂ ਤਾਂ ਨਹੀਂ ਹੁੰਦਾ, ਕਿਉਂਕਿ ਮੈਨੂੰ ਯਾਦ ਆ ਜਿੱਦਾਂ ਅਸੀਂ ਵੀ ਜਦੋਂ ਪੜ੍ਹਦੇ ਹੁੰਦੇ ਸਾਡੇ ਪੀ ਟੀ ਮਾਸਟਰ ਹੁੰਦੇ, ਜੇ 10 ਮਿੰਟ ਗਰਾਊਂਡ 'ਚ ਜਾਣ ਤੋਂ ਲੇਟ ਹੋ ਗਿਆ ਤਾਂ ਕੱਢ ਲੈਂਦੇ ਹੁੰਦੇ ਸੀ ਸਾਈਡ 'ਤੇ, ਕਹਿਣਾ ਇੱਧਰ ਆ ਜਾਓ। ਠੀਕ ਹੈ ਜੀ, ਠੀਕ ਆ। ਅਤੇ ਭਾਅ ਜੀ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਜਿਹੜੇ ਤੁਹਾਡੇ ਸਾਰੇ ਬੱਚੇ ਆ ਮਤਲਬ ਸਟੇਟ ਅਤੇ ਨੈਸ਼ਨਲ ਲੈਵਲ ਦੇ ਪਲੇਅਰ ਆ, ਅਤੇ ਮੜ ਜਾ ਇੱਕ ਵਾਰੀ ਇਕੱਲੇ ਇਕੱਲੇ ਦਾ ਦੱਸਿਓ ਕਿ ਇਹਨਾਂ ਨੇ ਕਿੱਥੇ ਕਿੱਥੇ ਕਿਹੜੀ ਅਚੀਵਮੈਂਟ ਕੀਤੀ ਹੋਈ ਆ? ਇਹ ਕੁੜੀ ਹੈ ਜੀ, ਪਹਿਲਾਂ ਸਾਡੇ ਕੋਲ ਹਾਂਜੀ ਸਟੇਟ ਚੈਂਪੀਅਨ ਤਾਂ ਹੈਗੀ ਆ, ਹੁਣੇ ਕ੍ਰੋਸ ਕੰਟਰੀ ਨੈਸ਼ਨਲ ਖੇਡ ਕੇ ਆਈ, ਬੜੀ ਤਕੜੀ ਮਤਲਬ ਲੌਂਗ ਰੇਸਰ ਹੈਗੀ ਅਤੇ ਪਾਪਾ ਕਿਹੜੇ ਨਾਲ ਹੀ। ਠੀਕ ਆ ਜੀ, ਅਤੇ ਉਸ ਤੋਂ ਬਾਅਦ ਇਹ ਛੋਟੇ ਜੂਨੀਅਰ ਦੀ ਦੋਨੇ ਸਟੇਟ ਚੈਂਪੀਅਨ ਹੈਗੇ। ਠੀਕ ਆ ਜੀ, ਅਤੇ 600 ਮੀਟਰ 600 ਮੀਟਰ ਦਾ ਮੁੰਡਾ ਅਤੇ 600 ਮੀਟਰ ਦੀ ਉਹ ਕੁੜੀ। ਠੀਕ ਆ ਜੀ, ਹਾਂਜੀ, ਅਤੇ ਇਹ ਵੀ ਸਟੇਟ ਖੇਡ ਕੇ ਆਏ ਜੀ। ਠੀਕ ਆ ਜੀ, ਅਤੇ ਇਹ ਜੈਸ਼ਮੀਨ ਜੀ, ਇਹਦਾ ਤੁਹਾਨੂੰ ਪਤਾ ਹੀ ਹੈ, ਇਹ ਤਾਂ 7 ਜਾਂ 8 ਮੈਡਲ ਹੋ ਗਏ ਨੈਸ਼ਨਲ ਦੇ। ਠੀਕ ਆ ਜੀ, ਵਰਲਡ ਜੂਨੀਅਰ ਦੀ ਤਿਆਰੀ ਕਰ ਰਹੀ, ਵੱਡੀ ਖਿਡਾਰਨ ਹੈ ਸਾਡੀ, ਮਤਲਬ ਸਾਰਿਆਂ ਬੱਚਿਆਂ ਲਈ ਆਦਰਸ਼ ਹੈ ਕੁੜੀ ਆ। ਇਹ ਨੌਰਥ ਜੋਨ ਦੀ ਹੈਗੀ ਕੁੜੀ ਮੈਡਲਿਸਟ, ਅਤੇ ਆਹ ਜੈਸ਼ਮੀਨ ਦੀ ਉਹ ਛੋਟੀ ਭੈਣ ਜੀ। ਠੀਕ ਆ ਜੀ, ਇਹਦਾ ਸਿਲਵਰ ਮੈਡਲ ਜੀ ਸਕੂਲੀ ਨੈਸ਼ਨਲ ਦਾ, ਅਤੇ ਹੁਣੇ ਇਹ ਗੁਹਾਟੀ ਖੇਡ ਕੇ ਆਈ, ਉੱਥੋਂ ਮੈਡਲ ਲੈ ਕੇ ਆਈ ਜੀ। ਸਟੇਟ ਮੈਡਲਿਸਟ ਹੈਗੀ ਸਾਡੀ ਪ੍ਰਦੀਪ ਕੌਰ, ਹਾਂਜੀ ਠੀਕ ਆ ਜੀ। ਮੋਸਟਲੀ ਸਾਰੇ ਮੈਡਲਿਸਟ ਹੀ ਆ, ਜਿਹੜੇ ਜੂਨੀਅਰ ਬਿਲਕੁਲ ਛੋਟੇ ਆ ਇਹਨਾਂ ਨੇ ਹੁਣ ਹਿੱਸਾ ਲੈਣਾ ਸੀ। ਠੀਕ ਆ ਜੀ, ਠੀਕ ਹੈ, ਲੋਕਡਾਊਨ ਕਰਕੇ ਗੇਮਸ ਨਹੀਂ ਹੋ ਰਹੀਆਂ, ਲੋਕਡਾਊਨ ਕਰਕੇ ਗੇਮਸ ਨਹੀਂ ਹੋ ਰਹੀਆਂ, ਬੱਚੇ ਹੋਰ ਵੀ ਬਹੁਤ ਸਾਰੇ ਜਿਹੜੇ ਨਹੀਂ ਆਏ ਗਰਾਊਂਡ ਦੇ ਵਿੱਚ ਸੀ ਅੱਜ। ਅਤੇ ਜਦੋਂ ਲੋਕਡਾਊਨ ਦੇ ਵਿੱਚ ਪ੍ਰੈਕਟਿਸ ਪੂਰੀ ਚੱਲਦੀ ਇਹਨਾਂ ਦੀ? ਚੱਲੀ ਜਾਂਦੀ ਜੀ, ਮਤਲਬ ਪੂਰਾ ਆਪਣੇ ਆਪ ਨੂੰ ਸੇਵ ਕਰਕੇ ਜਿਵੇਂ ਹੁੰਦਾ ਹੀ ਹੈ ਕਰੀ ਜਾਂਦੀ। ਠੀਕ ਆ ਜੀ, ਠੀਕ ਆ। ਅਤੇ ਜਿੱਦਾਂ ਹੁਣ ਤੁਸੀਂ ਦੱਸਿਆ ਸੀ ਕਿ ਤੁਹਾਡੀ ਗੁੱਡੀ ਨੇ ਇੱਕ ਆਪਣਾ ਹੀ ਰਿਕਾਰਡ ਬ੍ਰੇਕ ਕੀਤਾ, ਉਹ ਰਿਕਾਰਡ ਕਿਹੜਾ ਸੀਗਾ? ਉਹ ਰਿਕਾਰਡ ਕੀਤਾ ਸੀ ਨੇ ਖੇਲੋ ਇੰਡੀਆ ਦੇ ਵਿੱਚ, ਇਹ ਦੋ ਵਾਰ ਹੋਇਆ ਜੀ ਇਸੇ ਤਰ੍ਹਾਂ, ਖੇਲੋ ਇੰਡੀਆ 2019 ਦੇ ਵਿੱਚ ਪੁਣੇ ਹੋਈਆਂ ਸੀ। ਠੀਕ ਹੈ ਜੀ, ਉੱਥੇ ਨੇ ਨੈਸ਼ਨਲ ਰਿਕਾਰਡ ਗੇਮਸ ਰਿਕਾਰਡ ਕਰਕੇ ਅੰਡਰ 17 ਦੇ ਵਿੱਚ ਗੋਲਡ ਜਿੱਤਿਆ ਸੀ, ਅਤੇ ਅਗਲੀ ਵਾਰ ਜਦੋਂ ਫਿਰ ਖੇਲੋ ਇੰਡੀਆ ਗੁਹਾਟੀ ਹੋਈਆਂ ਦੂਜੀ ਟਰਨ ਦੀਆਂ, ਉਹਦੇ ਵਿੱਚ ਇਹਨੇ ਆਪਣਾ ਹੀ ਰਿਕਾਰਡ ਬ੍ਰੇਕ ਕਰਕੇ ਫਿਰ ਗੋਲਡ ਮੈਡਲ ਜਿੱਤਿਆ। ਅਤੇ ਇਸੇ ਤਰ੍ਹਾਂ ਸਕੂਲੀ ਖੇਡਾਂ ਦੇ ਵਿੱਚ 2018 ਦੇ ਵਿੱਚ ਇਹਨੇ ਰਿਕਾਰਡ ਕੀਤਾ ਸੀ, ਗੋਲਡ ਜਿੱਤਿਆ ਸੀ ਦਿੱਲੀ, ਅਗਲੇ ਸਾਲ ਹੀ ਨੇ ਆਪਣਾ ਹੀ ਉਹ ਰਿਕਾਰਡ ਵੀ ਬ੍ਰੇਕ ਕੀਤਾ ਅਤੇ ਗੋਲਡ ਜਿੱਤਿਆ ਫਿਰ ਦੂਜੀ ਵਾਰ। ਠੀਕ ਆ ਜੀ, ਅਤੇ ਕੀ ਨਾਮ ਸੀਗਾ ਬੱਚੇ ਆਪਣਾ? ਜੈਸਮੀਨ ਕੌਰ। ਜੈਸਮੀਨ ਕੌਰ, ਇਸ ਟਾਈਮ ਤੁਹਾਡੀ ਉਮਰ ਕਿੰਨੀ ਆ? 17। ਅਤੇ ਪਾਪਾ ਨੇ ਕਦੋਂ ਪ੍ਰੈਕਟਿਸ ਕਰਨ ਲਈ ਸਟਾਰਟ ਕਰਤੀ ਸੀ? 4 ਸਾਲ ਦੀ ਉਮਰ। 4 ਸਾਲ ਦੀ ਉਮਰ ਦੇ ਵਿੱਚ ਸਿੱਧੀ ਗਰਾਊਂਡ 'ਚ ਆਈ ਸੀ। ਠੀਕ ਆ, ਅਤੇ ਪ੍ਰੈਕਟਿਸ ਦੋ ਟਾਈਮ ਕਰਦੇ ਆ? ਹਾਂਜੀ, ਸਵੇਰੇ ਸ਼ਾਮ। ਜੈਸਮੀਨ, ਇੱਕ ਚੀਜ਼ ਹੋਰ ਦੱਸੋ, ਜਿੱਦਾਂ ਹੁਣ ਤੁਹਾਡੀ ਡਾਇਟ ਕੀ ਆ? ਜਿੱਦਾਂ ਹੁਣ ਕਹਿੰਦੇ ਹੁੰਦੇ ਆ ਕਿ ਕੋਈ ਵੀ ਪਲੇਅਰ ਆ ਉਹਨੂੰ ਬਹੁਤ ਤਕੜੀ ਡਾਇਟ ਚਾਹੀਦੀ ਆ, ਜਿੱਦਾਂ ਸਵੇਰ ਤੋਂ ਤੁਹਾਡੀ ਡਾਇਟ ਕੀ ਆ? ਪਲੇਅਰਸ ਵਿੱਚ ਜਿੱਦਾਂ ਅਸੀਂ ਥਰੋਅਰਸ ਹੈ, ਥਰੋਅਰਸ ਦੀ ਡਾਇਟ ਮਤਲਬ ਬਹੁਤ, ਥਰੋਅਰ ਜਿਹੜਾ ਇਹਦੀ ਡਾਇਟ ਇੰਨੀ ਮਤਲਬ ਜਿੱਦਾਂ ਪ੍ਰੋਟੀਨ ਰਿਚ ਹੋਣੀ ਚਾਹੀਦੀ, ਥਰੋਅਰ ਦੀ ਡਾਇਟ ਬਾਕੀ ਸਾਰੇ ਪਲੇਅਰਸ ਨਾਲੋਂ ਮਤਲਬ ਬਹੁਤ ਵੱਧ ਡਾਇਟ ਲੈਣੀ ਪੈਂਦੀ ਸਾਨੂੰ, ਅਤੇ ਕਿਉਂਕਿ ਤਕੜੇ ਰਹਿਣਾ ਸਾਨੂੰ ਟੈਕਨੀਕ ਜ਼ਿਆਦਾ ਕਰਨੀ ਪੈਣੀ, ਸਾਡੀ ਪਾਵਰ ਗੇਮ ਹੈ, ਅਤੇ ਅਸੀਂ ਪ੍ਰੋਟੀਨ ਰਿਚ ਡਾਇਟ ਖਾਈ ਦੀ ਹੈ ਅਤੇ ਕਾਰਜ ਵਗੈਰਾ ਲਈ ਦੇ। ਠੀਕ ਹੈ, ਅਤੇ ਇੱਕ ਚੀਜ਼ ਜਿਹੜੀ ਤੁਹਾਡੇ ਫਾਦਰ ਸਾਹਿਬ ਨੇ ਦੱਸੀ ਸੀ ਵੀ ਬੱਚੇ ਕਦੇ ਅੱਜ ਤੱਕ ਮਤਲਬ ਇਹਨਾਂ ਨੇ ਪੰਜਾਬੀ ਪਹਿਰਾਵਾ ਜਿੱਦਾਂ ਕਹਿ ਦਿੰਦੇ ਸੂਟ ਨਹੀਂ ਪਾ ਕੇ ਦੇਖਿਆ, ਉਹਦਾ ਕਾਰਨ ਇਹ ਵੀ ਆ ਕਿ ਸ਼ੁਰੂ ਤੋਂ ਤੁਸੀਂ 3 ਸਾਲ ਜਾਂ 4 ਸਾਲ ਤੋਂ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ ਆ, ਅਤੇ ਮਤਲਬ ਤੁਹਾਨੂੰ ਇੱਦਾਂ ਨਹੀਂ ਕਦੇ ਹੁੰਦਾ ਨਹੀਂ ਕਿ ਬਾਕੀ ਕੁੜੀਆਂ ਨੇ ਵੀ ਬਹੁਤ ਸੋਹਣੇ ਸੂਟ ਪਾਇਆ ਹੋਇਆ, ਜਾਂ ਕਦੇ ਬਾਕੀ ਕੁੜੀਆਂ ਵੱਲ ਦੇਖ ਕੇ ਇੱਦਾਂ ਨਹੀਂ ਹੁੰਦਾ ਕਿ ਮੈਂ ਵੀ ਇਹ ਚੀਜ਼ ਕਰਾਂ? ਨਹੀਂ ਸਰ, ਅਸੀਂ ਮਤਲਬ ਜੇ ਸੂਟ ਨਹੀਂ ਪਾਉਂਦੇ ਤਾਂ ਐਂ ਨਹੀਂ ਵੀ ਅਸੀਂ ਆਪਣੇ ਕਲਚਰ ਨਾਲ ਜੁੜੇ ਨਹੀਂ ਹੈ, ਪਹਿਲੀ ਗੱਲ ਤਾਂ ਇਹ ਹੈ। ਹੁਣ ਜੇ ਅਸੀਂ ਜੀਨ ਪਾਈਏ ਤਾਂ ਕਹਿੰਦੇ ਵੀ ਇਹ ਪਹਿਲਾਂ ਤਾਂ ਆਪਣੇ ਕਲਚਰ ਨੂੰ ਛੱਡਤਾ ਇਹਨਾਂ ਲੋਕਾਂ ਨੇ ਵੀ ਇਹ ਐਵੇਂ ਵੈਸਟਰਨ ਕਲਚਰ ਨਾਲ ਜੁੜੇ, ਪਹਿਲਾਂ ਤਾਂ ਇਹ ਗੱਲ ਬਹੁਤ ਮਾੜੀ ਹੈ ਜਿਹੜੇ ਸਾਡੇ ਨਾਲ ਦੇ ਸੋਚਦੇ, ਫਿਰ ਉਹਨਾਂ ਨੂੰ ਕਈ ਵਾਰ ਐਂ ਹੁੰਦਾ ਵੀ ਇਹ ਸਾਨੂੰ ਇੱਦਾਂ ਕਿਹਾ ਕਰਦੇ ਸਾਨੂੰ ਸੂਟ ਪਾਉਣਾ ਚਾਹੀਦਾ, ਪਰ ਫਿਰ ਵੀ ਕਿਤੇ ਨਾ ਕਿਤੇ
ਤੇ ਤੁਸੀਂ ਤੁਸੀਂ ਆਮ ਜਦੋਂ ਕਿਤੇ ਬਾਹਰ ਜਾਂਦੇ ਆ ਤਾਂ ਤੁਹਾਡਾ ਜਿਹੜਾ ਸਪੋਰਟਸ ਵਾਲਾ ਮਤਲਬ ਖਿਡਾਰੀਆਂ ਵਾਲਾ ਪਹਿਰਾਵਾ ਇਹੀ ਪਹਿਰਾਵਾ ਹੁੰਦਾ? ਅਸੀਂ ਪਹਿਲਾਂ ਤਾਂ ਅਸੀਂ ਜਾਂਦੇ ਹੀ ਬਹੁਤ ਘੱਟ ਹੈ ਕਿਉਂਕਿ ਗਰਾਊਂਡ ਤੋਂ ਬਹੁਤ ਇੰਨਾ ਵੇਲ ਨਹੀਂ ਮਿਲਦਾ ਸਾਨੂੰ ਕਹਿ ਸਕਦੇ ਭਈ ਜਿੱਦਾਂ ਕਿਤੇ ਅਸੀਂ ਜਾਈਏ ਤਾਂ ਸਾਡੇ ਵੱਲ ਨੂੰ ਲੋਕ ਵੀ ਐਂ ਦੇਖਦੇ ਕਿ ਜਿੱਦਾਂ ਲੋਅਰ ਟੀ ਸ਼ਰਟ 'ਚ ਆ ਗਏ ਇਹ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਾਡੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਮੈਨੂੰ ਕਈ ਵਾਰ ਸਨਮਾਨਿਆ ਜਾ ਚੁੱਕਿਆ ਹੈ ਤੇ ਇੱਕ ਵਾਰ 26 ਜਨਵਰੀ ਦੇ ਮੌਕੇ ਤੇ ਮਾਨਯੋਗ ਖੇਡ ਮੰਤਰੀ ਪੰਜਾਬ ਵੱਲੋਂ ਮੈਨੂੰ ਸਨਮਾਨ ਮਿਲਿਆ ਤੇ ਇਸ ਤੋਂ ਇਲਾਵਾ ਮੈਨੂੰ ਪੰਜਾਬ ਦੇ ਵੱਡੇ ਖੇਡ ਮੇਲਿਆਂ ਵਿੱਚ ਸਮੇਂ-ਸਮੇਂ ਤੇ ਬਹੁਤ ਸਾਰੇ ਸਨਮਾਨ ਮਿਲਦੇ ਰਹਿੰਦੇ ਹਨ। ਉਦੋਂ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ ਵੀ ਮੈਂ ਕੁਝ ਕਰਕੇ ਆਈ ਆ? ਹਾਂਜੀ ਸਰ, ਮੈਨੂੰ ਆਪਣੇ ਨਾਲੋਂ ਜ਼ਿਆਦਾ ਆਪਣੇ ਪਾਪਾ ਪਰ ਪ੍ਰਾਊਡ ਫੀਲ ਹੁੰਦਾ ਕਿ ਉਹ ਸਾਨੂੰ ਇੱਥੇ ਤੱਕ ਲੈ ਕੇ ਆਏ। ਕਿਉਂਕਿ ਅਸੀਂ ਨਹੀਂ ਤਾਂ ਅਸੀਂ ਇੱਥੇ ਰਹਿ ਜਾਣਾ ਤਾਂ ਮਿੱਟੀ 'ਚ ਹੀ ਰਹਿ ਜਾਣਾ ਤਾਂ ਹੁਣ ਅਸੀਂ ਦੁਨੀਆ ਦੇਖਿਆ ਕਰਦੇ। ਠੀਕ ਹੈ, ਤੇ ਤੁਸੀਂ ਇੱਕ ਵਾਰੀ ਦੱਸਿਓ ਵੀ ਇਹ ਜਿਹੜੇ ਮੈਡਲਸ ਆ ਤੁਸੀਂ ਕਿਹੜੀ ਕਿਹੜੇ ਜ਼ਿਲ੍ਹੇ ਕਿਹੜੀ ਕਿਹੜੀ ਸਟੇਟ ਤੇ ਕਿੱਥੇ ਕਿੱਥੇ ਖੇਡ ਕੇ ਕਿੱਥੇ ਕਿੱਥੇ ਜਿੱਤੇ ਆ? ਸਰ, ਮੇਰਾ ਮਤਲਬ ਸਭ ਤੋਂ ਵੱਡਾ ਮੈਡਲ ਜਿਹੜਾ ਹੈ ਉਹ ਫਸਟ ਖੇਲੋ ਇੰਡੀਆ ਗੋਲਡ ਮੈਡਲ ਤਾਂ ਮੇਰਾ ਉਹ, ਕਿਉਂਕਿ ਉਹ ਇਸ ਕਰਕੇ ਕਿਉਂਕਿ ਉੱਥੇ ਮੈਂ ਇੱਕ ਆਪਣਾ ਮੀਟ ਰਿਕਾਰਡ ਉੱਥੇ ਇੱਕ ਨੈਸ਼ਨਲ ਰਿਕਾਰਡ ਬਣਾਇਆ ਸੀ U17 ਦਾ ਅਤੇ ਉਹ ਪੰਜਾਬ ਲਈ ਪਹਿਲਾ ਗੋਲਡ ਸੀ ਅਤੇ ਉਦੋਂ ਬਾਅਦ ਵੀ ਪੰਜਾਬ ਨੂੰ ਮੈਨੂੰ ਲੱਗਦਾ ਕੋਈ ਮੈਡਲ ਨਹੀਂ ਮਿਲਿਆ। ਉਹ ਇਸ ਕਰਕੇ ਵੀ ਮੇਰੇ ਲਈ ਖਾਸ ਸੀ ਕਿਉਂਕਿ ਜਿਹੜੀ ਪਿਛਲੀ ਖੇਲੋ ਇੰਡੀਆ ਗੇਮਸ ਹੋਈ ਸੀ ਫਸਟ ਖੇਲੋ ਇੰਡੀਆ ਗੇਮਸ ਉਹਦੇ ਵਿੱਚ ਮੇਰੀ ਇੰਜਰੀ ਹੋ ਗਈ ਸੀ ਮੈਨੂੰ ਅਤੇ ਮੈਂ 4th ਰਹਿ ਗਈ ਸੀ ਅਤੇ ਇਸ ਕਰਕੇ ਫਿਰ ਜਿਹੜਾ 2nd ਖੇਲੋ ਇੰਡੀਆ ਮੈਡਲ ਤਾਂ ਮੇਰਾ ਉਹ ਮੇਰੇ ਲਈ ਮਤਲਬ ਬਹੁਤ ਖਾਸ ਤਾ ਅਤੇ ਪਿੰਡ ਵਾਲੇ ਸਾਡੇ ਬਹੁਤ ਖੁਸ਼ ਹੋਏ ਸੀ, ਉਹਨਾਂ ਨੇ ਸਾਡਾ ਵੈਲਕਮ ਕੀਤਾ ਅਤੇ ਫਿਰ 3rd ਖੇਲੋ ਇੰਡੀਆ ਗੇਮਸ ਵਿੱਚ ਵੀ ਮੈਂ ਗੋਲਡ ਮੈਡਲ ਹੀ ਜਿੱਤਿਆ, ਉਹਦੇ ਵਿੱਚ ਵੀ ਆਪਣਾ ਨੈਸ਼ਨਲ ਰਿਕਾਰਡ ਬ੍ਰੇਕ ਕੀਤਾ ਸੀ। ਇੱਕ ਭਾਅ ਜੀ, ਡਿਫਰੈਂਟ ਗੱਲ ਇਹ ਸੀ ਕਿ ਪੰਜਾਬ ਨੂੰ 21 ਮੈਡਲ ਮਿਲਿਆ ਸੀ 2019 'ਚ ਇੰਡੀਆ ਦੇ ਵਿੱਚੋਂ। ਅੱਛਾ, 2019 ਦੇ ਵਿੱਚ ਸਿਰਫ ਪੰਜਾਬ ਦੇ ਹਿੱਸੇ 1 ਗੋਲਡ ਮੈਡਲ ਆਇਆ ਸੀ ਐਥਲੈਟਿਕ ਦੇ ਵਿੱਚ, ਜਿਹੜਾ ਜੈਸਮੀਨ ਕੌਰ ਨੇ ਜਿੱਤਿਆ ਸੀ। ਇਹ ਹੀ ਰਿਪੀਟ ਹੋਇਆ 2020 ਦੇ ਵਿੱਚ ਫਿਰ। ਠੀਕ ਹੈ ਜੀ, ਐਥਲੈਟਿਕ 'ਚ 21 ਗੋਲਡ ਮਿਲਿਆ, ਉਹ ਇਹਨੇ ਜਿੱਤਿਆ। ਮੇਰੀ ਕੈਟੇਗਰੀ ਵਿੱਚ ਮਤਲਬ U17-18 ਵਿੱਚ ਸਿਰਫ ਮੇਰਾ ਹੀ ਗੋਲਡ। ਦੋ ਕੈਟਾਗਰੀਜ਼ ਹੈ ਨਾ ਖੇਲੋ ਇੰਡੀਆ ਦੇ, ਇੱਕ ਵੱਡਿਆਂ ਦੀ ਯੂਨੀਵਰਸਿਟੀ ਲੈਵਲ। ਠੀਕ ਹੈ ਜੀ, ਇਹਨਾਂ ਦੀ ਹੁੰਦੀ ਛੋਟੀ। ਅਤੇ ਖੇਲੋ ਇੰਡੀਆ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਉੱਥੋਂ ਤੁਸੀਂ 2 ਵਾਰੀ ਗੋਲਡ ਮੈਡਲਿਸਟ ਰਹਿ ਚੁੱਕੇ ਹਾਂ, ਅਤੇ ਹੁਣ ਅਗਲਾ ਟੀਚਾ ਕੀ ਹੈ ਤੁਹਾਡਾ? ਸਰ, ਹੁਣ ਜਿੱਦਾਂ ਅਸੀਂ ਨੈਸ਼ਨਲ ਵਿੱਚ ਤਾਂ ਬਹੁਤ ਮੈਡਲ ਜਿੱਤੇ ਮੇਰੇ ਕੋਲ, ਹੁਣ ਤੱਕ ਟੋਟਲ ਮਤਲਬ 7 ਮੈਡਲ ਹੈਗੇ ਨੈਸ਼ਨਲ ਦੇ, ਪਰ ਹੁਣ ਜਿੱਦਾਂ ਜਿੱਦਾਂ ਜਿੱਤਦੇ ਜਾਂਦੇ ਹੁਣ ਅੱਗੇ ਦੀ ਸੋਚਣਾ ਵੀ ਮਤਲਬ ਹੁਣ ਸਾਨੂੰ ਇਹ ਨਹੀਂ, ਜੇ ਅਸੀਂ ਹੁਣ ਨੈਸ਼ਨਲ ਮੈਡਲ ਜਿੱਤੀ ਤਾਂ ਸੈਟਿਸਫਾਈ ਜਿਹਾ ਨਹੀਂ ਹੁੰਦਾ ਕਿ ਅਸੀਂ ਹੁਣ ਅੱਗੇ ਜਾਣਾ, ਹੁਣ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਜਾਣਾ ਅਤੇ ਇਸੇ ਕਰਕੇ ਹੁਣ ਅਸੀਂ ਵਰਲਡ ਜੂਨੀਅਰ ਚੈਂਪੀਅਨਸ਼ਿਪ ਦੀ ਤਿਆਰੀ ਕਰਦੇ, ਉਹ US ਵਿੱਚ ਹੋਣੀ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਉੱਥੇ ਤੱਕ ਜਾਵਾਂਗੇ। ਇੱਕ ਚੀਜ਼ ਦੱਸਿਓ, ਜਿੱਦਾਂ ਹੁਣ ਆਪਣੇ ਖਿਡਾਰੀਆਂ ਨੂੰ ਇਹਨਾਂ ਨੇ ਦੱਸਿਆ ਕਿ ਬੜੀ ਚੈਂਪੀਅਨਸ਼ਿਪ US ਵਿੱਚ ਹੋਣੀ ਹੈ, ਹੈ ਨਾ, ਮੈਨੂੰ ਤਾਂ ਲੱਗਦਾ ਕਿ ਜੋ ਆਪਣੇ ਜਿਸ ਮਤਲਬ ਜਗ੍ਹਾ 'ਤੇ ਆਪਣਾ ਮੁਲਕ ਸਟੈਂਡ ਕਰਦਾ, ਬਹੁਤ ਪਲੇਅਰਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹੋਣੇ ਆ ਉੱਥੇ ਤੱਕ ਪਹੁੰਚਣ ਦੇ, ਅਤੇ ਉਹ ਉੱਥੇ ਤੱਕ ਪਹੁੰਚਣਾ ਸੌਖਾ ਹੁੰਦਾ ਜਾਂ ਕੀ ਹਿਸਾਬ ਕਿਤਾਬ ਹੁੰਦਾ? ਜਿਹੜੇ ਸਿਲੈਕਟਡ ਹੁੰਦੇ ਆ ਮਤਲਬ ਜਿਹੜੇ ਉਹਦਾ ਕੁਆਲੀਫਾਈ ਮਾਰਕ ਹੈ ਜਿਹੜਾ ਉਹਨੂੰ ਪੂਰਾ ਕਰਦੇ ਬੱਚੇ, ਠੀਕ ਆ, ਜੂਨੀਅਰਸ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਹੁੰਦਾ, ਇਹਨਾਂ ਵਿੱਚ ਕੋਈ ਦਿੱਕਤ ਨਹੀਂ ਹੁੰਦੀ। ਠੀਕ ਆ, ਲੈ ਕੇ ਜਾਣਾ, ਸਾਡੀ ਜਿਹੜੀ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਹੈ ਉਹੀ ਸਾਰਾ ਕੁਛ ਕਰਦੀ ਹੈ ਬੱਚਿਆਂ ਨੂੰ ਲੈ ਕੇ ਜਾਂਦੀ। ਠੀਕ ਆ ਜੀ, ਮਤਲਬ ਉਹ ਗੌਰਮੈਂਟ ਹੀ ਸਾਰਾ ਕੁਛ ਕਰਦੀ ਹੈ, ਮਤਲਬ ਇੱਦਾਂ ਨਹੀਂ ਕਿ ਮਤਲਬ ਆਪਣੇ ਪਲੇਅਰ ਨੂੰ ਆਪਾਂ ਤੇ ਆਪ ਤਿਆਰ ਕਰਕੇ ਆਪ ਲੈ ਕੇ ਜਾਂਦੇ, ਇੱਦਾਂ ਨਹੀਂ ਹੈਗਾ। ਹਾਂ, ਐਜ਼ ਏ ਕੋਚ ਤਾਂ ਅਸੀਂ ਹੀ ਜਾਣਾ ਹੁੰਦਾ। ਹਾਂ ਹਾਂ ਹਾਂ, ਖਰਚਾ ਵਗੈਰਾ ਸਾਰਾ ਉਹਨਾਂ ਦਾ ਹੀ ਹੁੰਦਾ। ਠੀਕ ਆ ਜੀ, ਅਤੇ ਉਹ ਚੈਂਪੀਅਨਸ਼ਿਪ ਹੁਣ ਕਦੋਂ ਆ? 2022 ਦੇ ਵਿੱਚ। ਮਤਲਬ ਇਹਦੀ ਕੈਟਾਗਰੀ ਜਿਹੜਾ ਹੁਣ ਕੰਪੀਟੀਸ਼ਨ ਵੱਡਾ ਆ ਰਿਹਾ ਵਰਲਡ ਲੈਵਲ ਦਾ ਉਹੀ ਹੈ ਜਿਹਦਾ ਜਿਹੜਾ ਸਾਡਾ ਟਾਰਗੇਟ ਹੈ ਕਿ ਉਹਦਾ ਕੁਆਲੀਫਾਈ ਆਪਾਂ ਕਲੀਅਰ ਕਰਨਾ ਅਤੇ ਫਿਰ ਉਹਨੂੰ ਉਹਦੇ 'ਚ ਹਿੱਸਾ ਲੈਣਾ। ਅਤੇ ਜੈਸਮੀਨ, ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਅਤੇ ਬਹੁਤ ਸਾਰਾ ਪਿਆਰ ਕਿ ਤੁਸੀਂ ਆਉਣ ਵਾਲੀ ਜਿਹੜੀ ਚੈਂਪੀਅਨਸ਼ਿਪ ਹੈ ਉਹਦੇ ਵਿੱਚ ਤੁਸੀਂ ਜਾਵੋ ਅਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰਕੇ ਵਾਪਸ ਆਵੋ, ਅਤੇ ਜਦੋਂ ਤੁਸੀਂ ਵਾਪਸ ਆਵਾਂਗੇ ਅਸੀਂ ਫਿਰ ਤੁਹਾਡੇ ਗਾਵਾਂਗੇ। ਠੀਕ ਹੈ, ਅਤੇ ਭਾਅ ਜੀ ਇੱਕ ਚੀਜ਼ ਹੋਰ ਦੱਸਿਓ, ਜਿੱਦਾਂ ਹੁਣ ਜਿਹੜੇ ਇਹ ਛੋਟੇ ਬੱਚੇ ਆ, ਜਿੱਦਾਂ ਤੁਸੀਂ ਦੱਸਿਆ ਕਿ ਸਟੇਟ ਲੈਵਲ ਦੇ ਜਿੱਦਾਂ ਹੈ ਨਾ ਖਿਡਾਰੀ, ਕਿ ਦੱਸਿਆ ਸੀ ਕਿਹੜੀ ਕਿਹੜੀ ਖੇਡ ਦੇ ਵਿੱਚ ਆ? ਇਹ ਅਥਲੀਟ ਹੀ ਹੈਗੇ ਜੀ, 600 ਮੀਟਰ ਦੌੜ ਲਾਉਂਦਾ ਇਹ ਮੁੰਡਾ, ਇਹ ਗੁੜੀਆ ਵੀ 600 ਮੀਟਰ ਦੀ ਹੈਗੀ।
ਤੇ ਇੱਕ ਚੀਜ਼ ਤੁਸੀਂ ਦੱਸਿਆ ਸੀ ਕਿ ਇਹਨਾਂ ਦੇ ਉਹ ਫਾਦਰ ਸਾਹਿਬ ਬੈਠੇ ਮੈਂ ਕਹਿੰਦਾ ਭਾਜੀ ਨੂੰ ਬੁਲਾਈਓ ਆਈਓ ਇੱਕ ਤੇ ਭਾਜੀ ਮੈਂ ਤਾਂ ਤੁਹਾਡੀ ਚੀਜ਼ ਤਾਂ ਮੈਂ ਜਿੱਦਾਂ ਸਮਝ ਸਕਦਾ ਕਿ ਤੁਹਾਡੇ 'ਚ ਇੱਕ ਜਨੂੰਨ ਸੀਗਾ ਜਾਂ ਉਹ ਤੁਸੀਂ ਦੇਖਿਆ ਸੀਗਾ ਵੀ ਮਤਲਬ ਮੈਂ ਜਦੋਂ ਖੇਡਦਾ ਸੀ ਮੇਰੇ ਤੋਂ ਆਹ ਚੀਜ਼ ਰਹਿ ਗਈ ਹੈ ਨਾ ਤੇ ਮੈਂ ਹੁਣ ਉਹ ਚੀਜ਼ ਦੁਬਾਰਾ ਕਰਨੀ ਆ ਹੈ ਨਾ ਤੇ ਜਿੱਦਾਂ ਹੁਣ ਇਹ ਭਾਜੀ ਹੁਣੀ ਤੁਸੀਂ ਦੱਸਿਆ ਇਹ ਗੁੱਡੀ ਇਹਨਾਂ ਦੀ ਹੈ ਨਾ ਤੇ 600 ਮੀਟਰ ਦੌੜ ਕਰਦੀ ਆ ਹਾਂ ਹੁਣ ਤਾਂ 1500-3000 ਦੌੜ ਕਰਦੀ ਵੱਡੀ ਅੱਛਾ 1500-3000 ਤੱਕ ਹੁਣੇ ਦੌੜ ਕਰਦੀ ਆ ਤੇ ਭਾਜੀ ਤੁਸੀਂ ਸਤਿ ਸ਼੍ਰੀ ਅਕਾਲ ਆਪਣਾ ਕੀ ਨਾਮ ਆ ਜੀ ਸ਼ਿੰਦਰ ਸ਼ਿੰਦਰ ਸਰਿੰਦਰ ਸਿੰਘ ਤੇ ਤੁਹਾਡਾ ਇਹੀ ਪਿੰਡ ਆ ਇਹੀ ਆ ਤੇ ਤੁਹਾਨੂੰ ਕਿੱਦਾਂ ਲੱਗਾ ਭਈ ਮੈਨੂੰ ਵੀ ਆਪਣੇ ਬੱਚੇ ਨੂੰ ਇਹਨਾਂ ਕੋਲ ਛੱਡਣਾ ਚਾਹੀਦਾ ਠੀਕ ਆ ਠੀਕ ਆ ਨਹੀਂ ਜ਼ਿਆਦਾਤਰ ਜਿਹੜੇ ਜਿਹੜਾ ਜਿਸ ਬੰਦੇ ਨੂੰ ਤਾਂ ਜਿਸ ਜਿਹੜੀ ਚੀਜ਼ ਦੀ ਨੌਲੇਜ ਹੁੰਦੀ ਹੈ ਨਾ ਉਹ ਤਾਂ ਜਿੱਦਾਂ ਹੁਣ ਇਹਨਾਂ ਨੇ ਆਪਣੇ ਬੱਚੇ ਤਿਆਰ ਕੀਤੇ ਆ ਮਤਲਬ ਤੁਹਾਨੂੰ ਤੁਸੀਂ ਨਾ ਠੀਕ ਆ ਜੀ ਠੀਕ ਆ ਹਲੇ ਬੱਚੇ ਜੈਸ਼ਮੀ ਨੂੰ ਦੇਖ ਕੇ ਜੇ ਮੈਡਲ ਲੈ ਕੇ ਆਏ ਨਾ ਜੀ ਉਹਨੂੰ ਦੇਖ ਕੇ ਬੱਚੇ ਤਿਆਰ ਹੋਏ ਪਹਿਲਾਂ ਇਕੱਲੀ ਹੁੰਦੀ ਸੀ ਠੀਕ ਆ ਬੋਲਾ ਛੱਡੀ ਤੇ ਕਦੂਆ ਬੱਚਾ ਨਹੀਂ ਸੀ ਜਦ ਪਹਿਲੇ ਸਾਲ 'ਚ ਅੰਡਰ 40 ਮੈਡਲ ਲੈ ਕੇ ਪੂਨੇ ਦੇ ਲੈ ਕੇ ਆਈ ਮੈਡਲ ਸਿਲਵਰ ਮੈਡਲ ਉਹਨੂੰ ਦੇਖ ਕੇ ਬੱਚੇ ਸਾਰੇ ਤਿਆਰ ਹੋ ਗਏ ਹਲੇ ਤਾਂ ਲਾਕਡਾਊਨ ਬਹੁਤੇ ਬੱਚੇ ਹੈ ਨਹੀਂ ਆਏ ਨੇ ਇੱਥੇ ਥੋੜ੍ਹੇ ਰਸ਼ ਹੁੰਦਾ ਗਾ ਇਹ ਤਾਂ ਨਿੱਕੀ ਜਿਹੀ ਸੀ ਇਹ ਵੀ ਕੁੜੀ ਹੈ ਕੁੜੀ ਵਰਗੀ ਅੱਛਾ ਜੀ ਜੈਸ਼ਮੀਨ ਦੇ ਨਾਲ ਹੀ ਇਹਨੇ ਦੌੜਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਹੀ ਕਾਰਨ ਹੈ ਕਿ ਹੁਣ ਚੰਗੀ ਤਕੜੀ ਅਥਲੀਟ ਹੈ ਸਾਡੀ ਠੀਕ ਆ ਜੀ ਅਤੇ ਇੱਕ ਚੀਜ਼ ਹੋਰ ਭਾਜੀ ਜਿੱਦਾਂ ਹੁਣ ਤੁਹਾਡੇ ਜਿਹੜੇ ਸਕੂਲ ਦੇ ਵਿੱਚ ਹੋਰ ਬੱਚੇ ਆ ਮਤਲਬ ਕੋਈ ਵੀ ਬੱਚਾ ਇੱਥੇ ਆ ਸਕਦਾ ਨਹੀਂ ਕੋਈ ਵੀ ਆ ਸਕਦਾ ਜੀ ਅਤੇ ਕੋਈ ਤੁਸੀਂ ਅਕੈਡਮੀ ਦੀ ਕੋਈ ਵੱਖਰੀ ਫੀਸ ਤਾਂ ਨਹੀਂ ਰੱਖੀ ਕਿ ਜਿਹੜੇ ਇੱਥੇ ਖੇਡਦੇ ਆ ਉਹਨਾਂ ਲਈ ਕੋਈ ਵੱਖਰੀ ਫੀਸ ਆ ਜਾਂ ਜਿਹਨਾਂ ਨੂੰ ਤੁਸੀਂ ਕੋਚਿੰਗ ਦਿੰਦੇ ਆ ਕੋਈ ਵੱਖਰੀ ਫੀਸ ਨਹੀਂ ਹੈਗੀ ਠੀਕ ਆ ਜੀ ਮਤਲਬ ਤੁਹਾਡੇ ਸਕੂਲ 'ਚ ਜਿਹੜਾ ਵੀ ਬੱਚਾ ਪੜ੍ਹਦਾ ਉਹ ਜੁਆਇਨ ਕਰ ਸਕਦਾ ਤੁਹਾਨੂੰ ਠੀਕ ਆ ਜੀ ਅਸੀਂ ਤਾਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਬੱਚੇ ਹੋਣ ਕਿਉਂਕਿ ਹਲੇ ਥੋੜ੍ਹੇ ਬੈਕਵਰਡ ਏਰੀਆ ਹੋਣੇ ਕਰਕੇ ਪੇਰੈਂਟਸ ਨੂੰ ਬਹੁਤੀ ਵੈਲਿਊਜ਼ ਪਤਾ ਨਹੀਂ ਗੇਮਸ ਦੀ ਇਸ ਕਰਕੇ ਉਹ ਕਈ ਵਾਰੀ ਨਹੀਂ ਵੀ ਭੇਜਦੇ ਠੀਕ ਆ ਜੀ ਮਤਲਬ ਬੱਚਿਆਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰੀਦੀ ਵੱਧ ਤੋਂ ਵੱਧ ਜਦੋਂ ਕਦੇ ਬਾਹਰ ਜਾਈਦਾ ਖੇਡਣ ਤੱਕ ਕੋਸ਼ਿਸ਼ ਕਰੀਦੀ ਖਰਚਾ ਵੀ ਆਪੇ ਹੀ ਕਰੀਦਾ ਸਾਰਾ ਬੱਚਿਆਂ ਵਾਸਤੇ ਪਰ ਹੁਣ ਕਿਉਂਕਿ ਸਾਡਾ ਥੋੜ੍ਹਾ ਨਾਂ ਹੋ ਗਿਆ ਬੱਚਿਆਂ ਕਰਕੇ ਇਹਦੇ ਮੈਡਲਸ ਕਰਕੇ ਪੂਰੇ ਪੰਜਾਬ ਤੋਂ ਸਾਨੂੰ ਕਾਲਸ ਆਉਣੀਆਂ ਕਿ ਸਾਡੇ ਬੱਚੇ ਨੂੰ ਐਡਮਿਟ ਕਰ ਲਓ ਆਪਣੇ ਸਕੂਲੇ ਠੀਕ ਆ ਪਰ ਹੁਣ ਸਾਡੇ ਕੋਲ ਹੋਸਟਲ ਵਗੈਰਾ ਨਹੀਂ ਹੈਗਾ ਉਹਦੇ ਕਰਕੇ ਅਸੀਂ ਫਿਰ ਮਨਾ ਕਰਨਾ ਪੈਂਦਾ ਅਤੇ ਭਵਿੱਖ ਦੇ ਵਿੱਚ ਸਾਡੀ ਸਕੀਮ ਹੈ ਕਿ ਇੱਥੇ ਇੱਕ ਹੋਸਟਲ ਬਣਾਈਏ ਅਤੇ ਅਸੀਂ ਫਿਰ ਬੱਚਿਆਂ ਨੂੰ ਬਾਹਰੋਂ ਵੀ ਪੰਜਾਬ ਭਰ ਤੋਂ ਇੱਥੇ ਬਿਲਕੁਲ ਦੇਖੋ ਭਾਜੀ ਜਿੱਦਾਂ ਨਾ ਮੈਂ ਜਿੱਦਾਂ ਜਾਂਦਾ ਮੈਂ ਇੱਥੇ ਮੈਂ ਤੁਹਾਡੇ ਕੋਲ ਖੜਾ ਨਾ ਮੈਂ ਸੋਚਦਾ ਸੀ ਮੈਂ ਕਿਹਾ ਯਾਰ ਆਹ ਚੀਜ਼ ਮਤਲਬ ਕਿੰਨੇ ਦੀ ਬਣਦੀ ਹੋਊਗੀ ਆਹ ਗਰਾਊਂਡ ਜੇ ਇੱਦਾਂ ਤਿਆਰ ਕਰਨੀ ਹੋਵੇ ਹੈ ਨਾ ਅਤੇ ਮੈਂ ਸੋਚਦਾ ਸੀ ਕਿ ਇੱਦਾਂ ਦੀਆਂ ਚੀਜ਼ਾਂ ਹਰ ਇੱਕ ਪਿੰਡ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਅਤੇ ਇੱਕ ਚੀਜ਼ ਹੋਰ ਮੰਨ ਲਓ ਜੇ ਕੋਈ ਤੁਹਾਡੇ ਤੋਂ ਆ ਕੇ ਮਤਲਬ ਕਿਸੇ ਜਿੱਦਾਂ ਹੁਣ ਤੁਸੀਂ ਕਿਸੇ ਨੂੰ ਗਾਹਾਂ ਟ੍ਰੇਨ ਕਰਨਾ ਹੋਵੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਣ ਲਈ ਤਾਂ ਤੁਸੀਂ ਉਹਨੂੰ ਟ੍ਰੇਨ ਕਰ ਸਕਦੇ ਹੋ ਕਰਾਂਗੇ ਜੀ ਮਤਲਬ ਮੈਂ ਚਾਹੁੰਦਾ ਕਿ ਇੱਦਾਂ ਦੀਆਂ ਅਕੈਡਮੀਆਂ ਹਰੇਕ ਪਿੰਡ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਆਪਣੇ ਨੌਜਵਾਨ ਆ ਜਿਹੜੇ ਬੱਚੇ ਆ ਉਹ ਗਲਤ ਰਾਹਾਂ ਵੱਲ ਨਾ ਜਾ ਕੇ ਮਤਲਬ ਪਲੇਅਰ ਆਪ ਖੇਡਾਂ ਦੇ ਵਿੱਚ ਹਿੱਸਾ ਲੈਣ ਸਤਿ ਸ਼੍ਰੀ ਅਕਾਲ ਬੁੱਧ ਕੀ ਨਾਮ ਆ ਆਪਣਾ ਰਮਨਪ੍ਰੀਤ ਕੌਰ ਤੇ ਤੁਸੀਂ ਕਿੱਥੇ ਖੇਡੇ ਸੀ ਤੇ ਕਦੋਂ ਕਿਹੜੇ ਸੰਨ ਦੇ ਵਿੱਚ ਕਦੋਂ ਮੈਡਲ ਲਿਆ ਜਿੱਤਿਆ ਮੈਂ 2020 ਵਿੱਚ ਮੋਹਾਲੀ ਸਟੇਟ ਖੇਲ ਕੇ ਆਈ ਜੀ ਕ੍ਰੋਸ ਕੰਟਰੀ ਮੈਂ ਉਹ 'ਚ ਸਿਲਵਰ ਮੈਡਲ ਜਿੱਤਿਆ ਮੇਰੀ ਨੈਸ਼ਨਲ ਲਈ ਸਿਲੈਕਸ਼ਨ ਹੋਈ ਉਹ ਪੰਚਕੂਲਾ ਹੋਈ ਜੀ ਮੈਂ ਉੱਥੇ ਖੇਲਣ ਗਈ ਠੀਕ ਆ ਤੇ ਉੱਥੇ ਵੀ ਮੈਡਲ ਜਿੱਤਿਆ ਨਹੀਂ ਉੱਥੇ ਰਹਿ ਗਈ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਹੀ ਹੈ ਤਾਂ ਪਹਿਲਾ ਨੈਸ਼ਨਲ ਸੀ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਭਾਜੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਕਿਹੜੀ ਜਗ੍ਹਾ ਮੈਡਲ ਜਿੱਤ ਕੇ ਆਏ ਸੀ ਸੰਗਰੂਰ ਦੌੜਾ ਜੀ ਕਿੰਨੇ ਮੀਟਰ ਦੌੜ 600 ਮੀਟਰ ਠੀਕ ਹੈ ਕਿੰਨੇ ਜਾਣੇ ਹੋਰ ਸੀਗੇ ਨਾਲ ਗਏ ਇੱਥੋਂ ਇਕੱਲਾ ਹੀ ਸੀ ਆਪਣੇ ਜ਼ਿਲ੍ਹੇ 'ਚੋਂ ਜੋ ਦੋ ਜਣੇ ਕੁੜੀਆਂ ਦੋ ਕੁੜੀਆਂ ਸੀਗੀਆਂ ਅਤੇ ਕਿੰਨਾ ਚਿਰ ਹੋ ਗਿਆ 2020 ਦੇ ਵਿੱਚ ਠੀਕ ਹੈ ਅਤੇ ਘਰਦਿਆਂ ਘਰ ਆ ਕੇ ਕੀ ਕਿਹਾ ਵੀ ਜਦੋਂ ਮੈਡਲ ਮਿਲ ਗਿਆ ਕੋਈ ਡਿਮਾਂਡ ਨਹੀਂ ਰੱਖੀ ਘਰਦਿਆਂ ਨੂੰ ਕਿ ਹੁਣ ਆਹ ਚੀਜ਼ ਚਾਹੀਦੀ ਆ ਹੈ ਨਹੀਂ ਅਤੇ ਤੁਸੀਂ ਪ੍ਰੈਕਟਿਸ ਕਿੰਨਾ ਟਾਈਮ ਕਰਦਾ ਹੁੰਦਾ ਸਵੇਰੇ ਸ਼ਾਮ ਕਰਦਾ ਹੁੰਦਾ ਅਤੇ ਅੱਗੇ ਕੀ ਸੁਪਨੇ ਆ ਹੋਰ ਖੇਲਣ ਦੇ ਸਤਿ ਸ਼੍ਰੀ ਅਕਾਲ ਬੁੱਧ ਅਤੇ ਹੁਣ ਤੱਕ ਕਿੰਨੇ ਕਿੱਥੇ ਕਿੱਥੇ ਖੇਡ ਚੁੱਕੇ ਹਾਂ ਹੁਣ ਗੁਹਾਟੀ ਖੇਲ ਕੇ ਆਏ ਅਤੇ ਪਿਛਲੇ ਸਾਲ ਸੰਗਰੂਰ ਨੈਸ਼ਨਲ ਸਕੂਲ ਗਏ ਹੋਏ ਸੀ ਉੱਥੇ ਸਿਲਵਰ ਮੈਡਲ ਲਏ ਸੀ ਅਤੇ ਪਹਿਲੀ ਵਾਰੀ ਗਏ ਪਹਿਲੀ ਵਾਰੀ ਜਿੱਤੇ ਜਾਂ ਫਿਰ ਇੱਦਾਂ ਵੀ ਹੋਇਆ ਕਦੇ ਟਰਾਈ ਕੀਤੀ ਹੋਵੇ ਉਦੋਂ ਰਹਿ ਗਏ ਹੋਵੋ ਪਹਿਲਾਂ ਟਰਾਈ ਕੀਤਾ ਪਹਿਲਾਂ ਰਹਿ ਗਿਆ ਕਿਉਂ ਕਿਹੜੇ ਸਾਲ 'ਚ 2018 'ਚ 2018 'ਚ ਠੀਕ ਹੈ ਅਤੇ ਜਦੋਂ ਹੁਣ ਜਿੱਦਾਂ ਤੁਸੀਂ ਹਲੇ ਜਿੱਦਾਂ ਵੱਡੀ ਭੈਣ ਖੇਲੋ ਇੰਡੀਆ ਦੇ ਵਿੱਚ ਮਤਲਬ ਗੋਲਡ ਮੈਡਲ ਲੈ ਕੇ ਆਈ ਆ ਜਾਂ ਆਪਣਾ ਰਿਕਾਰਡ ਬ੍ਰੇਕ ਕੀਤਾ ਤਾਂ ਤੁਹਾਡਾ ਕੀ ਤੁਹਾਡੇ ਕੀ ਸੁਪਨੇ ਆ
ਹੁਣ ਅੱਗੇ ਖੇਲੋ ਇੰਡੀਆਨਾ ਮੇਰਾ ਵੀ ਇਹੀ ਸੁਪਨਾ ਹੈ ਕਿ ਮੈਂ ਉੱਚ ਗੋਲਡ ਲਵਾਂ ਮਤਲਬ ਉਹ ਉਹਦਾ ਰਿਕਾਰਡ ਤੋੜ ਦੂੰਗਾ ਉਹਦਾ ਰਿਕਾਰਡ ਤੋੜ ਦੂੰ ਤੂੰ ਹਾਂਜੀ ਪੱਕੀ ਗੱਲ ਆ ਹਾਂਜੀ ਹਾਂਜੀ ਠੀਕ ਹੈ ਪਰਫਾਰਮੈਂਸ ਜ਼ਿਆਦਾ ਬੈਟਰ ਦੇ ਰਹੀ ਹੈ ਇਸ ਦੇ ਕੋਲ ਭੈਣਵਾਲ ਦੇਖ ਕੇ ਮਤਲਬ ਪ੍ਰਾਊਡ ਫੀਲ ਹੁੰਦਾ ਉਹਦੇ ਵੱਲ ਜਦੋਂ ਉਹ ਮੈਡਲ ਲੈ ਕੇ ਆਉਂਦੀ ਹੈ ਤਾਂ ਦਿਲ ਕਰਦਾ ਵੀ ਮੈਂ ਵੀ ਇਹ ਤੋਂ ਜ਼ਿਆਦਾ ਮੈਡਲ ਲੈ ਕੇ ਆਵਾਂ ਕਦੇ ਇੱਦਾਂ ਨਹੀਂ ਹੁੰਦਾ ਫਿਰ ਮੈਂ ਕਦੇ ਇਹਨੂੰ ਕਿਹਾ ਵੀ ਮੈਂ ਤੇਰੇ ਤੋਂ ਜ਼ਿਆਦਾ ਮੈਡਲ ਲੈ ਕੇ ਆਊਂਗੀ ਰੋਜ਼ ਕਹਿੰਦੀ ਰੋਜ਼ ਸਵੇਰੇ ਸ਼ਾਮ ਕਹਿੰਦੀ ਰੋਜ਼ ਕਹਿੰਦੀ ਆ ਲੜਦੀਆਂ ਵੀ ਹੁੰਦੀਆਂ ਹੈ ਲੜਦੀਆਂ ਵੀ ਹੁੰਦੀਆਂ ਕਦੇ ਦੱਸੋ ਹੈ ਬਹੁਤ ਜੈਸਮੀ ਲੜਦੀ ਹੁੰਦੀ ਤੇਰੇ ਨਾਲ ਬਹੁਤ ਲੜਦੀ ਬਹੁਤ ਲੜਦੀ ਠੀਕ ਆ ਬਸ ਇਸੇ ਗੱਲ ਤੋਂ ਲੜਾਈ ਹੁੰਦੀ ਹੁੰਦੀ ਆ ਕਿ ਮੈਂ ਮੈਡਲ ਲੈ ਕੇ ਆਊਂ ਤੇ ਫਿਰ ਉਦੋਂ ਤਾਨੇ ਮਿਹਣੇ ਇਹੀ ਵੱਜਦੇ ਹੋਣੇ ਵੀ ਮੈਂ ਤੇਰੇ ਤੋਂ ਜ਼ਿਆਦਾ ਵਧੀਆ ਕਰਕੇ ਦਿਖਾਊਂਗਾ ਨਾ ਠੀਕ ਆ ਗੇਮ ਕਿਹੜੀ ਕਰਦੇ ਪੁੱਤ ਤੁਸੀਂ ਸ਼ਾਰਟ ਪੁੱਟ ਡਿਸਕਸ ਸ਼ਾਰਟ ਪੁੱਟ ਤੇ ਤੁਹਾਡੀ ਵੀ ਸੇਮ ਡਾਈਟ ਹੁੰਦੀ ਆ ਸਵੇਰੇ ਕਿੰਨੇ ਵਜੇ ਉੱਠ ਕੇ ਮਤਲਬ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਆ 5:30 ਤੇ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਪ੍ਰੈਕਟਿਸ ਸ਼ੁਰੂ ਕਰਤੀ ਪਾਪਾ ਨੇ ਸੇਮ ਏਜ ਦੇ ਲੈ ਆਂਦਾ ਠੀਕ ਆ ਤੇ ਸਵੇਰੇ ਸਭ ਤੋਂ ਪਹਿਲਾਂ ਮਤਲਬ ਕਿੰਨੇ ਵਜੇ ਉੱਠਦੇ ਆ 5:30 ਤੇ 5:30 ਸਿੱਧੇ ਗਰਾਊਂਡ 'ਚ ਸਵੇਰੇ ਸ਼ਾਮ ਪ੍ਰੈਕਟਿਸ ਅੱਛਾ ਗੁਰਲੀਨ ਅਤੇ ਜੈਸਮੀਨ ਮੈਨੂੰ ਇਹ ਚੀਜ਼ ਦੱਸੋ ਕਿ ਤੁਸੀਂ ਜਿਹੜਾ ਆਪਣਾ ਤੁਹਾਡਾ ਦਿਨ ਸਟਾਰਟ ਹੁੰਦਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਸਾਰਾ ਟਾਈਮ ਕਿੱਦਾਂ ਸਪੈਂਡ ਕਰਦੇ ਆ ਦਿਨ ਕਿੱਦਾਂ ਸਟਾਰਟ ਹੁੰਦਾ ਸਵੇਰੇ ਅਸੀਂ ਉੱਠ ਕੇ 5:30 ਉੱਠਦੇ ਅਤੇ ਸਿੱਧੇ ਗਰਾਊਂਡ ਵਿੱਚ ਹੀ ਆਉਣਾ ਹੁੰਦਾ ਸਵੇਰੇ ਅਤੇ ਆਪਣਾ ਥੋੜ੍ਹਾ ਜੋ ਵੀ ਕੁਛ ਖਾਣਾ ਹੁੰਦਾ ਗਰਾਊਂਡ ਤੋਂ ਪਹਿਲਾਂ ਪ੍ਰੀ ਵਰਕਆਊਟ ਲੈਣਾ ਹੁੰਦਾ ਉਹ ਲੈ ਕੇ ਫਿਰ ਅਸੀਂ ਗਰਾਊਂਡ ਵਿੱਚ ਆਉਂਦੇ ਅਤੇ ਗਰਾਊਂਡ 2-3 ਘੰਟੇ ਸਵੇਰੇ ਲੱਗਦੇ ਅਤੇ ਜਦੋਂ ਗਰਾਊਂਡ ਤੋਂ ਜਾਂਦੇ ਤਾਂ ਸਾਨੂੰ ਮਤਲਬ ਪੂਰੀ ਰੈਸਟ ਦਿੱਤੀ ਹੋਈ ਕੋਈ ਕੰਮ ਨਹੀਂ ਕਰਨਾ ਪਰ ਅਸੀਂ ਕਰ ਦੇਈਦਾ ਕਿਉਂਕਿ ਹੈਲਪ ਕਰਨੀ ਹੁੰਦੀ ਮੰਮੀ ਦੀ ਅਤੇ ਉਹ ਤੋਂ ਬਾਅਦ ਫਿਰ ਪੜ੍ਹਨਾ ਵੀ ਹੁੰਦਾ ਹੈ 2-3 ਘੰਟੇ ਪੜ੍ਹਾਈ ਵਿੱਚ ਅਤੇ ਸ਼ਾਮ ਨੂੰ ਫਿਰ ਉਹ ਤੋਂ ਬਾਅਦ 2-3 ਘੰਟੇ ਸਾਨੂੰ ਰੈਸਟ ਮਿਲਦੀ ਵਿੱਚ ਸੌ ਲਈਦਾ ਅਤੇ ਹੋਰ ਮੋਬਾਈਲ ਵੀ ਚਲਾ ਲਈਦਾ ਥੋੜ੍ਹਾ ਅਤੇ ਫਿਰ ਸ਼ਾਮ ਦੀ ਪ੍ਰੈਕਟਿਸ ਸਟਾਰਟ ਹੋ ਜਾਂਦੀ ਸਾਡੀ 4 ਵਜੇ ਅਤੇ ਸ਼ਾਮ ਦਾ ਵਰਕਆਊਟ ਸਾਡਾ ਥੋੜ੍ਹਾ ਲੰਬਾ ਹੁੰਦਾ ਸੀ ਕਈ ਵਾਰ ਸਾਨੂੰ ਰਾਤ ਮਤਲਬ ਹਨੇਰਾ ਵੀ ਹੋ ਜਾਂਦਾ ਇੱਥੇ ਅਸੀਂ ਰਾਤ ਨੂੰ ਜਾਈਦਾ ਘਰਾਂ ਨੂੰ ਠੀਕ ਹੈ ਅਤੇ ਘਰ ਇੱਥੇ ਸਕੂਲ ਦੇ ਵਿੱਚ ਹੀ ਆ ਨਹੀਂ ਅੱਛਾ ਪਰ ਘਰ ਪਿੰਡ ਦੇ ਵਿੱਚ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਆਪਣਾ ਕੀ ਨਾਮ ਆ ਪ੍ਰਦੀਪ ਕੌਰ ਅਤੇ ਤੁਸੀਂ ਕਿਹੜੀ ਗੇਮ ਕਰਦੇ ਆ ਮੈਂ 1500 ਮੀਟਰ ਰੇਸ ਕਰਦੀ 1500 ਮੀਟਰ ਅਤੇ ਤੁਸੀਂ ਕਿੱਥੇ ਮਤਲਬ ਜਿਹੜਾ ਮੈਡਲ ਤੁਸੀਂ ਲਿਆ ਇਹ ਕਿੱਥੇ ਅਚੀਵ ਕੀਤਾ ਸੀ ਇਹ ਮੋਹਾਲੀ ਵਿਖੇ ਸਟੇਟ ਹੋਈ ਸੀਗੀ ਠੀਕ ਹੈ ਉਹਦੇ ਵਿੱਚ ਲਿਆ ਸੀਗਾ ਕਿਹੜੇ ਸੰਦ ਦੇ ਵਿੱਚ ਦਹਿਰ ਬੀਚ ਤੇ ਅੱਗੇ ਕੀ ਸੁਪਨੇ ਆ ਹੁਣ ਦੀਦੀ ਵੱਲ ਦੇਖ ਕੇ ਅੱਗੇ ਬਸ ਇਹ ਸੁਪਨੇ ਆ ਕਿ ਅਸੀਂ ਵੀ ਇਹਨਾਂ ਵਾਂਗੂ ਮੈਡਲ ਜਿੱਤੀਏ ਠੀਕ ਹੈ ਹੁਣ ਜਿਹੜੀ ਨੈਸ਼ਨਲ ਜਿੱਦਾਂ ਜਦੋਂ ਵੀ ਹੁਣ ਅਗਲੀਆਂ ਗੇਮਾਂ ਕਦੋਂ ਆ ਰਹੀਆਂ ਉਹਦੀ ਤਿਆਰੀ ਚੱਲਦੀ ਪੂਰੀ ਹਾਂਜੀ ਚੱਲਦੀ ਠੀਕ ਹੈ ਅਗਲੀਆਂ ਗੇਮਾਂ ਕਦੋਂ ਆ ਦੇਖੋ ਉਹਦੇ ਦਾ ਲੋਕਡਾਊਨ ਹੈ ਜੇ ਹੋ ਜਾਵੇ ਤਾਂ ਅਸੀਂ ਖੇਲਾਂਗੇ ਪ੍ਰੈਕਟਿਸ ਪੂਰੀ ਕਰਦੇ ਆ ਠੀਕ ਹੈ ਅਤੇ ਇੱਕ ਚੀਜ਼ ਹੋਰ ਭਾਅ ਜੀ ਜਿੱਦਾਂ ਹੁਣ ਜਿਹੜੇ ਹੁਣ ਸਰਕਾਰ ਨੇ ਜਿੱਦਾਂ ਹੁਣ ਜਿੰਮ ਬੰਦ ਕੀਤੇ ਹੋਏ ਆ ਹੈ ਨਾ ਕਰੋਨਾ ਵਾਇਰਸ ਦੀ ਜਿਹੜੀ ਪ੍ਰੋਬਲਮ ਆ ਪੂਰੀ ਦੁਨੀਆ 'ਚ ਆ ਹੈ ਨਾ ਹੁਣ ਜਿੱਦਾਂ ਤੋਂ ਆਪਾਂ ਦੇਖਦੇ ਹਾਂ ਵੀ ਪਿਛਲੇ ਦਿਨੀ ਕਿਹਾ ਕਿ ਜਿਹੜੀ ਸ਼ਰਾਬ ਆ ਉਹ ਜ਼ਰੂਰੀ ਵਸਤਾਂ ਦੇ ਵਿੱਚ ਕਰ ਦਿੱਤੀ ਅਤੇ ਜਿਹੜੇ ਜਿੰਮ ਆ ਉਹ ਬੰਦ ਆ ਅਤੇ ਜਿਹੜੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਉਹ ਬੰਦ ਆ ਮਤਲਬ ਇੱਕ ਚੀਜ਼ ਸਮਝ ਨਹੀਂ ਆਉਂਦੀ ਵੀ ਮੁਲਕ ਕਿੱਧਰ ਨੂੰ ਜਾ ਰਿਹਾ ਅਤੇ ਤੁਹਾਡਾ ਤੁਸੀਂ ਕੀ ਸੋਚਦੇ ਆ ਵੀ ਜਿੰਮ ਜਿਹੜੇ ਬੰਦ ਹੋਣੇ ਜਾਂ ਕਿਤੇ ਠੀਕ ਆ ਨਹੀਂ ਗਲਤ ਹੀ ਹੈਗੀ ਜੀ ਕਿਉਂਕਿ ਜਿਹਨਾਂ ਚੀਜ਼ਾਂ ਨੇ ਬੰਦੇ ਨੂੰ ਸਟਰੋਂਗ ਕਰਨਾ ਸੀ ਇਮਿਊਨਿਟੀ ਸਾਡੀ ਤਕੜੀ ਹੋਣੀ ਸੀ ਜਿੰਮ 'ਚ ਜਾ ਕੇ ਹੈ ਨਾ ਅਤੇ ਉਹ ਬੰਦ ਕਰ ਦਿੱਤੇ ਅਤੇ ਜਿਹੜੀ ਸ਼ਰਾਬ ਹੈ ਜਿਹੜੀ ਬੰਦੇ ਦੀ ਇਮਿਊਨਿਟੀ ਡਾਊਨ ਹੀ ਕਰਦੀ ਹੈ ਉਹ ਲੋਕ ਪੀਂਦੇ ਆ ਅਤੇ ਉਹ ਖੁੱਲ੍ਹੇ ਹੈਗੇ ਇਹ ਗਲਤ ਹੈ ਠੇਕੇ ਬੰਦ ਹੋਣੇ ਚਾਹੀਦੇ ਅਤੇ ਜਿੰਮ ਖੁੱਲ੍ਹੇ ਹੋਣੇ ਚਾਹੀਦੇ ਅਤੇ ਜਿੰਨੇ ਵੀ ਜਿਹੜੇ ਕੋਚਿੰਗ ਸੈਂਟਰ ਹੈਗੇ ਸਾਰੇ ਓਪਨ ਰਹਿਣੇ ਚਾਹੀਦੇ ਕਿਉਂਕਿ ਉੱਥੇ ਯੂਥ ਆਊਂਗਾ ਅਤੇ ਪ੍ਰੈਕਟਿਸ ਕਰੂੰਗਾ ਅਤੇ ਉਹ ਤਕੜਾ ਤਾਂ ਹੀ ਹੋਏਗਾ ਨਾ ਜੀ ਤਾਂ ਹੀ ਤਾਂ ਬਿਮਾਰੀ ਨਾਲ ਲੜੇਗਾ ਹਾਂਜੀ ਠੀਕ ਆ ਜੀ ਅਤੇ ਇੱਕ ਚੀਜ਼ ਹੋਰ ਜਿੱਦਾਂ ਜਿਹੜਾ ਜਿੱਦਾਂ ਹੁਣ ਤੁਹਾਨੂੰ ਪਲੇਅਰ ਤੁਸੀਂ ਕਹਿੰਦੇ ਵੀ ਸਾਨੂੰ ਬਹੁਤ ਜਿੱਦਾਂ ਬਾਹਰੋਂ ਵੀ ਕਾਲਸ ਆਉਣੀਆਂ ਕਿ ਤੁਸੀਂ ਇੱਥੇ ਮਤਲਬ ਬੱਚੇ ਰੱਖ ਲਓ ਅਤੇ ਸਾਡੇ ਬੱਚਿਆਂ ਨੂੰ ਕੋਚਿੰਗ ਦੇਵੋ ਕੋਈ ਸਰਕਾਰ ਵੀ ਕੋਈ ਮਦਦ ਕਰਦੀ ਹੁੰਦੀ ਆ ਹਾਂਜੀ ਸਰਕਾਰ ਨੇ ਸਾਡੀਆਂ ਪ੍ਰਾਪਤੀਆਂ ਦੇਖ ਕੇ ਕਿ ਕਾਫੀ ਵਧੀਆ ਕਰ ਰਹੇ ਪਿਛਲੇ ਸਮੇਂ 'ਚ ਅਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਸਾਡੀਆਂ ਅਤੇ ਅਸੀਂ ਸਪੋਰਟਸ ਵਿੰਗ ਦੀ ਡਿਮਾਂਡ ਕੀਤੀ ਸੀ ਖੇਡ ਵਿਭਾਗ ਤੋਂ ਉਹਨਾਂ ਨੇ ਸਾਡੀ ਪੂਰੀ ਕੀਤੀ ਅਤੇ ਸਾਨੂੰ ਸਪੋਰਟਸ ਵਿੰਗ ਦੇ ਦਿੱਤਾ ਸੀ ਉਹਨਾਂ ਨੇ ਠੀਕ ਆ ਜੀ ਡਾਇਟ ਵਗੈਰਾ ਜਿਹੜੀ ਹੈਗੀ ਉਹ ਗਵਰਨਮੈਂਟ ਦਿੰਦੀ ਆ ਬੱਚਿਆਂ ਨੂੰ 100 ਰੁਪਏ ਦੀ ਡਾਇਟ ਡੇਲੀ ਖਿਡਾਰੀ ਮਿਲ ਜਾਂਦੀ ਹੁਣ ਤਾਂ ਬੰਦ ਹੀ ਪਿਆ ਕਿਉਂਕਿ ਕਰੋਨਾ ਕਰਕੇ ਜਿੱਦਾਂ ਸਾਰਾ ਅਤੇ ਹੁਣ ਡਾਇਟ ਵਗੈਰਾ ਵੀ ਬੱਚਿਆਂ ਦੀ ਬੰਦ ਹੈ ਅਤੇ ਇੱਕ ਵੈਸੇ ਗਵਰਨਮੈਂਟ ਨੂੰ ਕਰਨਾ ਚਾਹੀਦਾ ਸੀ ਕਿ ਜਦੋਂ ਸਾਰਾ ਕੁਝ ਬੰਦ ਪਿਆ ਤਾਂ ਬੱਚਿਆਂ ਦੀ ਜਿਹੜੇ ਵੱਡੇ ਖਿਡਾਰੀ ਹੈ ਜਿਹੜੇ ਮਤਲਬ ਪੰਜਾਬ ਦਾ ਮਾਣ ਵਧਾਉਂਦੇ ਹਰ ਵਾਰ
उन्होंने संभालना चाहिए सी, उन्होंने डाइट का स्पैशल प्रबंध होना चाहिए सी, उन्होंने एड देनी चाहिए सी कोई ना कोई, क्योंकि तुम देखे होना मुख्यमंत्री साहब जब भी कदे कदे सोशल मीडिया से जिदा हूँ थोड़े दिन की गल है कि एक बच्चा है ना जराबा बेच चाया प्रमोट कर रहा है सम्मानित करना किड्डी वड्डी समझदारी है बेवकूफी है बारे मैं कुछ नहीं कह सकता जो लोग समझ सुन आप समझ सकते जो जो प्लेयर उन्होंने मतलब सम्मानित करना चाहिए है ना ये इन्हों का हौसला बढ़ाना चाहिए सब तो वड्डी गल क्योंकि हम सारे कारोबार बंद है खिडारियों के भी जो पेरेंट्स है उन्होंने भी कारोबार बंद है गवर्नमेंट ने चाहिए सी इदा के बच्चों को संभाल लेंगे उन्होंने पक्की डाइट देंगे तो उन्होंने कहेंगे कि तुम मतलब दसो थानू की चाहिए है ना तो वो बहुत जरूरी सी क्योंकि जो पंजाब का माण क्योंकि पंजाब ना जी साडा जे मैं थानू सही मायने दसा तो बहुत पिछे रह गया गेम्स के जो भी कदे बाहर खेडन जाते तो उत्थे दे जिहड़े कोचेज़ है पुराने सानू पुछदे है कि यार पंजाब नू क्या हो गया तुसीं तां बड़े तगड़े होंदे सी पहला गेम्स के तुहाडे सब तो वध मैडल आंदे सी पंजाब दे किसे समय तो हुण सब तो थले होंदे आपां बिल्कुल ठीक है ना जी मैनू लगता कि जिहड़ा पिछे जिहा जिहड़ा कबड्डी का वर्ल्ड कप स्टार्ट होया सी वह भी बंद कर दिता अक्सर मैनू लगता सरकार ने हाँ जी वो भी बंद ही है वह भी करोना करके नहीं मैनू लगता पहले ही बंद कर दिता सी ਉਹਦਾ ਵੀ ਤੁਸੀਂ ਦੇਖਿਆ ਹੋਣਾ ਕਿ ਕਬੱਡੀ ਖਿਡਾਰੀਆਂ ਦਾ ਵੀ ਮੈਂ ਦੇਖਿਆ ਜੀ ਫੀਲਡ ਦੇ ਵਿੱਚ ਬਹੁਤ ਚੰਗਾ ਹਾਲ ਨਹੀਂ ਹੈ ਅਤੇ ਇੱਕ ਚੀਜ਼ ਹੋਰ ਦੱਸਿਓ ਜਿੱਦਾਂ ਹੁਣ ਐਥਲੈਟਿਕ ਦੇ ਵਿੱਚ ਜਿਹੜੇ ਚਲੋ ਇਹ ਤਾਂ ਚਲੋ ਬੱਚੇ ਆ ਜਿੱਦਾਂ ਬਹੁਤੇ ਜ਼ਿਆਦਾਤਰ ਸਾਰੀਆਂ ਗੇਮਾਂ ਆ ਜਿਹੜੀਆਂ ਉਹਨਾਂ ਦੇ ਵਿੱਚ ਇੱਦਾਂ ਬਹੁਤ ਹੁੰਦਾ ਕਿ ਜਿਹੜੀਆਂ ਉਹ ਲੋਕ ਖਿਡਾਰੀ ਨਸ਼ੇ ਵੀ ਕਰਦੇ ਆ ਅਤੇ ਇਹਦੇ ਵਿੱਚ ਇਹਨਾਂ ਦਾ ਕੋਈ ਡੋਪ ਟੈਸਟ ਵਗੈਰਾ ਸਾਰਾ ਕੁਛ ਹੁੰਦਾ ਜਦੋਂ ਇਹਨਾਂ ਨੇ ਜਦੋਂ ਜਾਣਾ ਇਹਨਾਂ ਨੇ ਖੇਡਣ ਲਈ ਠੀਕ ਹੈ ਜਿੱਦਾਂ ਬੱਚਾ ਮੈਡਲ ਲੈ ਕੇ ਆਉਂਦਾ ਪਹਿਲਾਂ ਉਹਦਾ ਡੋਪ ਟੈਸਟ ਹੋ ਜਾਂਦੇ ਉਹਦਾ ਸੈਂਪਲ ਲੈ ਲੈਂਦੇ ਠੀਕ ਹੈ नशा तो कुछ सप्लीमेंट वगैरह कुछ खिडारी यूज़ करते हैं तो फड़े भी जाते बहुत सारे खिडारी पर ये भी जिदा हम पंजाब थोड़ा बदनाम भी है इन्होंने चीज़ों के तो डोप टैस्ट के मतलब जिदा आम इदा भी होंगे कि कोई बुखार कोई दवाई खाधी हो भी नशे च आ जाती है वो माड़ा जहाँ दसूंगे विस्तार के कि चीज़ तुम नहीं लै सकते एक बड़ी लिस्ट है जी वो जी जड़ी जिन्हें भी सारे वो सॉल्ट है वो नहीं लै सकते तो बड़ी प्रॉब्लम आती जी ਅਸੀਂ ਕਈ ਵਾਰੀ ਜਿੱਦਾਂ ਜ਼ੁਕਾਮ ਹੋ ਗਿਆ ਬੱਚੇ ਨੂੰ ਕੰਪੀਟੀਸ਼ਨ ਤੋਂ ਪਹਿਲਾਂ ਉਹ ਦਵਾਈ ਲੈਣ 'ਤੇ ਵੀ ਅਸੀਂ ਔਖੇ ਹੋ ਜਾਂਦੇ ਕਿਉਂਕਿ ਇੱਦਾਂ ਦੀ ਦਵਾਈ ਨਾ ਕਿਤੇ ਡਾਕਟਰ ਦੇ ਦੇ ਅਤੇ ਉੱਥੇ ਉਹ ਪੋਜ਼ੀਟਿਵ ਆ ਜਾਏ ਹੈ ਨਾ ਬੜਾ ਧਿਆਨ ਵੀ ਰੱਖਣਾ ਪੈਂਦਾ ਕਿਉਂਕਿ ਹਰਿਆਣੇ ਦੇ ਕੁਛ ਖਿਡਾਰੀਆਂ ਦਾ ਪਿੱਛੇ ਪੋਜ਼ੀਟਿਵ ਆ ਗਿਆ ਸੀ ਉਹ ਬੱਚੇ ਕਹਿੰਦੇ ਕਿ ਅਸੀਂ ਤਾਂ ਲੈਂਦੇ ਕੁਛ ਨਹੀਂ ਪਰ ਬਾਅਦ 'ਚ ਪਤਾ ਲੱਗਿਆ ਕਿ ਉਹ ਜਿਹੜਾ ਦੁੱਧ ਪੀਂਦੇ ਸੀ ਮੱਝਾਂ ਨੂੰ ਕੋਈ ਇੰਜੈਕਸ਼ਨ ਵਗੈਰਾ ਜਿਹੜਾ ਲੱਗਦਾ ਉੱਥੋਂ ਉਹਨਾਂ ਦਾ ਪੋਜ਼ੀਟਿਵ ਆ ਗਿਆ ਖਿਡਾਰੀ ਨਾਲ ਧੱਕਾ ਵੀ ਹੋ ਜਾਂਦਾ ਇਹ ਵੀ ਮਤਲਬ ਇੱਕ ਬਹੁਤ ਜ਼ਿਆਦਾ ਖਿਆਲ ਰੱਖਣ ਵਾਲੀ ਗੱਲ ਹੈ ਹੈ ਨਾ ਕਿ ਕਿਤੇ ਗਲਤੀ ਦੇ ਨਾਲ ਤੁਹਾਡੇ ਅੰਦਰ ਕੋਈ ਦਵਾਈ ਜਾਂ ਕੋਈ ਵੀ ਚੀਜ਼ ਇੱਦਾਂ ਦੀ ਚਲੇ ਗਈ ਤਾਂ ਇੱਕ ਜਿਹੜੀ ਖਿਡਾਰੀ ਦਾ ਸੁਪਨਾ ਟੁੱਟ ਸਕਦਾ ਇੱਕ ਹੋਰ ਵੱਡੀ ਗੱਲ ਹੈ ਜੀ ਅੱਜ ਦੀ ਜਿਹੜੀ ਸਮਾਂ ਹੈ ਇਹਦੇ ਵਿੱਚ ਗੇਮ ਹੈ ਨਾ ਜੀ ਜਿਹੜੀ ਉਹ ਇਕੱਲੀ ਗਰਾਊਂਡ ਦੀ ਮਿਹਨਤ ਨਹੀਂ ਰਹਿ ਗਈ ਜਿੱਦਾਂ ਹੁਣ ਮੈਨੂੰ ਬਹੁਤ ਕੰਮ ਕਰਨਾ ਪੈਂਦਾ ਇਹਨਾਂ ਦੀ ਡਾਈਟ ਦੇ ਬਾਰੇ ਪੂਰੀ ਜਾਣਕਾਰੀ ਲੈਣੀ ਪੈਂਦੀ ਕਿਆ ਦੇਈਏ ਇਹਨਾਂ ਨੂੰ ਹੈ ਨਾ ਸਭ ਤੋਂ ਵੱਡੀ ਗੱਲ ਇੱਕ ਅੱਜ ਚੱਲ ਰਹੀ ਦੁਨੀਆ ਦੇ ਵਿੱਚ ਕਿ ਖਿਡਾਰੀ ਲੈਬ ਵਿੱਚ ਵੀ ਤਿਆਰ ਹੁੰਦੇ ਆ ਕਿਉਂਕਿ ਇਹਨਾਂ ਨੂੰ ਕੋਈ ਸਪਲੀਮੈਂਟਸ ਵੀ ਦੇਣੇ ਪੈਂਦੇ ਜਿਹੜੇ ਐਸੈਂਸ਼ੀਅਲ ਚੀਜ਼ਾਂ ਹੈਗੀਆਂ ਉਹਨਾਂ ਦੀ ਕਮੀ ਨਾ ਆ ਜਾਵੇ ਕਿਤੇ ਇਹਨਾਂ ਨੂੰ ਅਤੇ ਉਹ ਬੇਸ਼ੱਕ ਉਹ ਮਤਲਬ ਉਹ ਮਾਦਕ ਪਦਾਰਥ ਨਹੀਂ ਹੁੰਦੇ ਜਿਹੜੀਆਂ ਲੋੜਾਂ ਹੈਗੀਆਂ ਸਰੀਰ ਦੀਆਂ ਜੇ ਆਪਾਂ ਉਹਨਾਂ 'ਚ ਵੀ ਪਿੱਛੇ ਰਹਿ ਗਏ ਨਾ ਤਾਂ ਅਸੀਂ ਜਿੰਨੇ ਮਰਜ਼ੀ ਮਿਹਨਤ ਕਰਦੇ ਹੋਈਏ ਉੱਥੇ ਕੁਛ ਨਹੀਂ ਜੀ ਕਿਉਂਕਿ ਯੂਰਪ ਦੇ ਜਿਹੜੇ ਖਿਡਾਰੀ ਆ ਉਹਨਾਂ ਦੇ ਪਿੱਛੇ ਇੱਕ ਡਾਕਟਰ ਵੀ ਹੈਗਾ ਬੈਠਾ ਅਤੇ ਉਹ ਡਾਕਟਰ ਦੀ ਵੀ ਜਿਹੜਾ ਉਹਦਾ ਹੈਗਾ ਉਹ ਪੂਰੀ ਹੈਲਪ ਹੈ ਉਹਦੀ ਖਿਡਾਰੀ ਨੂੰ ਤਿਆਰ ਕਰਨ 'ਚ ਇਕੱਲਾ ਜਿਹੜਾ ਗਰਾਊਂਡ 'ਚ ਕੋਚ ਹੈਗਾ ਉਹੀ ਸਾਰਾ ਕੁਛ ਨਹੀਂ ਸੋ ਇੱਥੇ ਜਿਹੜੇ ਸਾਡੇ ਇੰਡੀਅਨਸ ਹੈਗੇ ਉਹ ਥੋੜ੍ਹੇ ਪਿੱਛੇ ਰਹਿ ਜਾਂਦੇ ਕਿਉਂਕਿ ਅਸੀਂ ਹਾਲੇ ਇਸ ਪਾਸੇ ਥੋੜ੍ਹੇ ਪਿੱਛੇ ਹੈਗੇ ਮੈਨੂੰ ਲੱਗਦਾ ਓਲੰਪਿਕ ਦੇ ਵਿੱਚ ਬਹੁਤ ਥੋੜ੍ਹੇ ਮੈਡਲਸ ਲੈ ਅਤੇ ਇੰਡੀਆ ਰਹਿ ਜਾਂਦਾ ਹੈ ਨਾ ਅਤੇ ਤੁਸੀਂ ਦੇਖ ਲਓ ਕਿ ਸਾਡਾ ਏਰੀਆ ਪੰਜਾਬ ਨੂੰ ਵੀ ਜਿੱਦਾਂ ਕਹਿੰਦੇ ਹੁੰਦੇ ਜਿਹੜਾ ਸਾਡਾ ਮਾਲਪੁਰ ਹਲਕਾ ਜਿਹੜਾ ਦੁਆਬਾ ਆ ਦੁਆਬੇ ਨੂੰ ਕਿਸੇ ਟਾਈਮ ਫੁੱਟਬਾਲ ਦਾ ਗੜ੍ਹ ਕਿਹਾ ਜਾਂਦਾ ਸੀ ਹੁਣ ਤੁਸੀਂ ਦੇਖ ਲਓ ਕਿ ਫੁੱਟਬਾਲ ਦੀ ਟੀਮ ਜਿੰਨਾ ਇੰਡੀਆ ਦੀ ਟੀਮ ਆ ਕਿਤੇ ਮੈਨੂੰ ਲੱਗਦਾ ਪੰਜਾਬ ਲੈਵਲ 'ਤੇ ਤਾਂ ਟੀਮਾਂ ਹੋਊਗੀਆਂ ਇੰਡੀਆ ਦੀ ਟੀਮ ਮੈਨੂੰ ਪਤਾ ਨਹੀਂ ਕਿੰਨਵੇਂ ਨੰਬਰ 'ਤੇ ਆਉਂਦੀ ਇਹ ਵੀ ਨਹੀਂ ਪਤਾ ਆਪਾਂ ਇੰਡੀਆ ਟੀਮ 'ਚ ਕੌਣ ਕੌਣ ਖੇਡਦਾ ਨਹੀਂ ਕਰ ਪਾਉਂਦੇ ਜੀ ਉਹਨਾਂ ਨੂੰ ਕੁਆਲੀਫਾਈ ਨਹੀਂ ਕਰ ਪਾਉਂਦੇ ਆਪਾਂ ਲੋਕ ਓਲੰਪਿਕ ਵਾਸਤੇ ਸਾਡਾ ਫੁੱਟਬਾਲ ਦੀ ਟੀਮ ਅਤੇ ਇੱਕ ਚੀਜ਼ ਜਿੱਦਾਂ ਹੁਣ ਮਤਲਬ ਜਿਹੜੇ ਬੱਚੇ ਆ ਜਿੱਦਾਂ ਹੁਣ ਤੁਹਾਡੇ ਹੈ ਨਾ ਜਦੋਂ ਇੱਕ ਖਿਡਾਰੀ ਆ ਜਿੱਦਾਂ ਹੁਣ ਥੋੜ੍ਹੇ ਦਿਨ ਪਹਿਲਾਂ ਕ੍ਰਿਕਟ ਦੇ ਵਿੱਚ ਮੁੰਡਾ ਹਰਪ੍ਰੀਤ ਬਰਾੜ ਆ ਮੋਗੇ ਤੋਂ ਮੋਗੇ ਵੱਲ ਦਾ ਹੈ ਨਾ ਉਹ ਪੂਰੀ ਮਤਲਬ
पूरे जिथे तक जिथे भी पंजाबी रेंदे आ पूरे पंजाबियों ने उन्हें चक लिया, मतलब सिर्फ उन्हें एक तीन विकटा लिया, जबकि एक बॉलर के कोल कहते होंगे बहुत मौके होंगे है ना। तो इन्हों के कोल जो ये खेडते इन्हों के कोल सिर्फ एक मौका होंगे जिदा है ना, खिडारी का मतलब जो क्रिकेट खेडता वो तो जो कोई गलती करता वह सुधार भी सकता है ना, तो उन बहुत सारे मैच खेडता इन्होंने जो एक बार परफॉर्म करना होंगे उस वेले करना होंगे, मतलब कदम इदा नहीं लगता कि सरकार लोगों मतलब इन्हों इदा खिडारियों भी अगे लैके आना चाहिए। सर मैं मोगे की तुम गल दस दिना, वो जो मुंडे ने आई पी एल विकट लिया जो जो भी गल की उत्तर काफ़ी वायरल होया तो लोग उन्होंने चीज़ों चक लेंगे, पर जे मैं तुम्हें दसा तो मोगे के एक मुंडा शॉर्ट पुटर है जी तजिंदर दूर मोगे के नाल ही वह पिंड हैगा, वो एशिया का गोल्ड मैडलिस्ट हैगा, उसकी कोई गल नहीं करता है ना, एक मतलब प्राउडड हैगा, इन्ना तकड़ा खिडारी है, इन्ना मेहनती अथलीट हैगा वह, तो उन्हां दी गल घट हुंदी है थोड़ी जी, क्रिकेटर की थोड़ी गल भी ज़्यादा हो जाती। जसमीन पुत जे तक कहते इदा नहीं लगता जिदा भी जो होर खिडारी आ जां कहिंदा मतलब जिहड़े क्रिकेट आ मतलब पूरी इंडिया च जिदा लोग ना क्रिकेट नूं रब समझदे आ, जिहड़े क्रिकेटर आ उन्हां नूं भी लोग रब वांगू पूजा करदे, कदे ये चीज़ नहीं मन नूं फील हुंदी कि मैं मैडल लैके आई हाँ भी मैनू भी लोग जानण जां मेरा नाम होवे जां मैं सारी दुनिया मैनू जाने है ना, क्योंकि जिहड़े तुहाडे वर्गे एथलीट आ, मैं इदा नहीं कहिंदा कि ना नहीं हुंदा स्टेट लैवल ते पंजाब लैवल ते ना हुंदा, पर बहुत लोग फिर भी इदा रह जांदे जिदा जानते नहीं होंगे है ना, जो हम क्रिकेट के एक खिडारी कोई छोटी जी अचीवमेंट लैंदा और रातों रात इन्ना स्टार बन जाता, जो तुम इन्नी मेहनत करके मतलब तुम एक गोल्ड मैडल जीत के आते हैं कदम ये चीज़ नहीं फील होंगी कि ये चीज़ मेरे ना गलत होंगी। हाँ जी सर, ये सिर्फ सानू ही नहीं साड़ी गेम जी एथलैटिक्स है इन्नी बढ़िया गेम है कि ये थोड़ी मतलब थोड़ा थोड़ी थोड़ा जोर देखा जाता है जिदा थोड़ी मेहनत देखी जाती, पर जी क्रिकेट है ये थोड़ी स्किल भी आ जाती जिदा ते होर थोड़ा तुक्का भी हैगा है, तो इन्हां चीज़ां लोग ज़्यादा पसंद करते इंडिया विच, पर साड़ी गेम है जिहड़ी यह इन्नी मतलब जोर वाली है, इन्नी मेहनत करनी पैंदी बंदे नूं कि करदे भी बहुत थोड़े है जिहड़े कोई कोई हुई है जिहड़ा शौक लई करदा, जिदा असी लगे वे हुण कई तां गरीबी च उठ के करदे जिदा उन्हां नूं अपनी हाँ जी जिदा जॉब होई चाहिए हुंदी उन्हां नूं, वह भी ए नहीं भी असी ओलंपिक तक जाना असी अपने देश नूं रीप्रजेंट करना, उनकी भी सिर्फ जॉब तक ही हुंदी मतलब भाई असी एक जॉब लै लीए बस साडा काम हो गया, पर साडी जिहड़ी असी जिदा लगे वे सानू मतलब साडा जिहड़ा साडा ओलंपिक तक दा साडा टारगेट है। मैं कई बार भाई सोचता हूँ कि आप ना पंजाबियों की गल करते 12 करोड़ पंजाबी है दुनिया, पर जब ओलंपिक के मैडलों की गिनती होंगी तो इंडिया ना तो चलो छड्डो आप कहें ना वीक है थोड़ी जी कौम सारी, चलो पंजाबी का आप तकड़े है ना, पंजाबियों का भी तो उत्थे कोई मैडल नहीं होंगे, आप इतने गल बहुत करते हैं पंजाबी बहुत तकड़े बहुत सही गल, 12 करोड़ पंजाबियों एक भी ओलंपिक का मैडलिस्ट नहीं होंगे, मान लगा ट्रैक्टर के गाने लाने जोगे रह गए इतने आगे गल होंगी, तो चलो पुराने समय से साड़ी हॉकी दी टीमां ने पंजाबियों ने पूरे होके किन्ने मैडल जीते, किथे एक पंजाब च एक पूरा पिंड है जिथे पूरे दे पूरे मेरे ख्याल किसी टाइम 10-11 खिडारी खेडते होंगे टीम दे विच, सुनहरी समा जिहड़ा खेडां दा लंघ चुकिया पंजाब दे विच, असीं असीं चाहुंदे सी कि असीं हुण मोड़ के लियाईए ते तां ही असीं लगे आ इत्थे कि असीं घट्टो घट्ट 12 करोड़ पंजाबी जदों ओलंपिक दे विच इक मैडल तां साडा पै जावे, आ जनून है साडा होर कोई एडी गल नहीं कि जॉब वास्ते लगे असीं जां कोई पैसों वास्ते लगे इदां दा कोई मसला नहीं। मैं एक चीज़ इतने एक चीज़ कहनी चाहना जिदा है ना जेडे भी वीडियो देखोगे है ना आपां पंजाबी जिदा हुण हरेक जगह जदों भी कोई भी काम करना हुंदा ना आपां उत्थे आवा गौण पैसा ला दें है ना, जिन्हें भी एनआरआई वीडियो देखोगे तो मैं चाहना है कि सारिया भरावानों एनआरआई एक बार उपराला करना चाहिए, पिंडा के इदा दी अकैडमीज खोलनिया चाहिए, उत्थे कोई ट्रेनर रखना चाहिए, जरूरी नहीं है कि वो ट्रेनर नू बहुत ज़्यादा पैसे देने जे किसी ने कुछ वो जड़िया मुढ़ली जिदा मतलब ट्रेनिंग के जोड़े गुण सीखने हो तो भाजी उन्होंने संपर्क करके सीख सकता है, तो मैं चाहूँगा भाजी एक बार अपना वीडियो के फोन नंबर भी जरूर बोल दिए। मेरा सर 9781414477 ठीक है, 9814-14-477 ठीक है, किसी नू भी कोई जानकारी लैनी एथलैटिक्स के बारे च जां किद्दां आपां बेसिक्स कराने बच्चों नू पिंडां दे विच बहुत सारे हुंदे आ बंदे ते जदों भी कोई जानकारी लेना चाहते लै सकदे। हाँ जी ठीक है जी, ते ओ तेरा नाम की है? दिलप्रीत कौर। ते तू दौड़ ला रही है? हाँ जी। कदों तक भाजी ये जाऊगी स्टेट लैवल ते? किन्नी उम्र हो गई जी? बच्चे पनीरी है साडी। ठीक है जी, इन्हां ने देखो थोड़े समय विच ही इंडिया नूं रिप्रेजेंट करना। ठीक है, मैडल लेके आऊंगी ना पक्का? हां जी।
ਸਹੀ ਆ ਤੇ ਖਾਂਦੀ ਕੀ ਹੁੰਦੀ ਆ ਹੈ ਦੱਸ ਕੀ ਖਾਂਦੀ ਹੁੰਦੀ ਆ ਦੱਸ ਦੇ ਕੀ ਖਾਂਦਾ ਹੁੰਦਾ ਆਂਡੇ ਆਂਡੇ ਖਾਂਦੀ ਹੁੰਦੀ ਆ ਕਿੰਨੇ ਆਂਡੇ ਖਾਂਦੀ ਰੋਜ਼ ਦੋ ਸਿਰਫ ਦੋ ਇੱਕ ਸਵੇਰੇ ਇੱਕ ਸ਼ਾਮੀ ਜਾਂ ਦੋ ਇਕੱਠੇ ਦੋ ਇਕੱਠੇ ਟੌਫੀਆਂ ਨਹੀਂ ਖਾਂਦੀ ਕੋਕ ਪੀਂਦੀ ਹੁੰਦੀ ਆ ਪੱਕੀ ਗੱਲ ਆ ਮਿੱਠਾ ਚਾਹ ਚਾਹ ਪੀਂਦੀ ਆ ਚਾਹ ਖਿਡਾਰੀਆਂ ਨੂੰ ਚਾਹ ਥੋੜ੍ਹੀ ਪੀਣੀ ਚਾਹੀਦੀ ਆ ਦੁੱਧ ਪੀਆ ਕਰ ਪੁੱਤ ਹੁਣ ਤਾਂ ਨਹੀਂ ਚਾਹ ਪੀਓਗੇ ਪੱਕੀ ਗੱਲ ਆ ਸੰਗ ਲੱਗਦੀ ਆ ਹੈ ਸੰਗ ਲੱਗਦੀ ਆ ਠੀਕ ਹੈ ਅਤੇ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਪਿਹੜਾ ਕਿਹੜਾ ਪਿੰਡ ਆਪਣਾ ਸਮੁੰਦੜੀਆਂ ਹਾਂਜੀ ਕਿਹੜੀ ਕਲਾਸ ਪੜ੍ਹਦਾ ਫੋਰਥ ਚ ਮੌਜ ਲੱਗੀ ਹੋਣੀ ਹੁਣ ਤਾਂ ਪ੍ਰਿੰਸੀਪਲ ਸਾਹਿਬ ਕਹਿੰਦੇ ਆਨਲਾਈਨ ਕਲਾਸਾਂ ਚੱਲਦੀਆਂ ਨਕਲ ਮਾਰ ਮਾਰ ਪੇਪਰ ਪਾਈ ਜਾਂਦਾ ਪੇਪਰ ਹੀ ਆ ਪਈ ਹੈ ਆ ਪੇਪਰ ਨਹੀਂ ਹੈ ਪੈਂਦੇ ਨਹੀਂ ਪਿਛਲੇ ਸਾਲ ਤਾਂ ਪਾਈ ਹੋਣੇ ਨਕਲ ਮਾਰ ਮਾਰ ਕੇ ਆ ਪਿਛਲੇ ਸਾਲ ਦੇ ਪੇਪਰ ਹੀ ਸਕੂਲ ਚ ਆ ਕੇ ਪਏ ਤੇ ਥੋੜੇ ਟਾਈਮ ਵਾਸਤੇ ਹੀ ਸਕੂਲ ਖੁੱਲੇ ਤੇ ਆ ਜਲ ਪਾਏ ਤੇ ਜੀ ਉਦਾਂ ਮੌਜ ਆ ਆਨਲਾਈਨ ਕਲਾਸ ਦੀ ਹੈ ਨਾਲੇ ਟੀਵੀ ਦੇਖੀ ਜਾਓ ਨਾਲੇ ਉੱਧਰ ਕੋਈ ਕਲਾਸ ਲਾਈ ਜਾਓ ਟੀਵੀ ਨਹੀਂ ਹੈ ਛੇ ਸੌ ਮੀਟਰ ਤੇ ਇਦਾਂ ਤਾਂ ਨਹੀਂ ਕਹਿੰਦਾ ਪਰ ਰੇਸ ਵੀ ਉਹ ਗੇਮ ਵਾਲ ਫੋਨ ਤੇ ਹੋਵੇ ਫੋਨ ਤੇ ਗੇਮ ਲਾ ਲਈਏ ਰੇਸ ਉਹ ਵੀ ਵਧੀਆ ਕੈਂਡੀ ਕ੍ਰਸ਼ ਖੇਡਦਾ ਹੁੰਦਾ ਪਬਜੀ ਡਾਊਨਲੋਡ ਕੀਤੀ ਸੀ ਫ੍ਰੀ ਫਾਇਰ ਕੀਤੀ ਸੀ ਇੱਕ ਵਾਰ ਉਹ ਜਰੇ ਡਿਲੀਟ ਮਾਰਤੀ ਅੱਛਾ ਕਿੰਨੇ ਕੁ ਬੰਦੇ ਮਾਰੇ ਫਿਰ ਪਤਾ ਨਹੀਂ ਫਿਰ ਕਿੰਨੇ ਵਜੇ ਉੱਠਦਾ ਮੈਡਲ ਲੈ ਕੇ ਆਊਗਾ ਕੇ ਗੱਲਾਂ ਹੀ ਆ ਪੱਕੀ ਗੱਲ ਆ ਮੈਂ ਫੋਨ ਨੰਬਰ ਲੈ ਲੈਣਾ ਤੇਰੇ ਡੈਡੀ ਦਾ ਕਦੋਂ ਗੇਮਾਂ ਕਦੋਂ ਤੇਰੀਆਂ ਪਤਾ ਨਹੀਂ ਮੰਮਾ ਮੈਡਲ ਕਿੱਦਾਂ ਲੈ ਕੇ ਆਊਗਾ ਅੱਜ ਟੀਚਰ ਕਹਿੰਦੇ ਰੇ ਪਿਛਾ ਹੋਣਾ ਸੀ ਫਿਰ ਲੋਕਡਾਊਨ ਲੱਗ ਗਿਆ ਫਿਰ ਹੁਣ ਕਹਿੰਦੇ ਹੁਣ ਫਿਰ ਲੋਕਡਾਊਨ ਆ ਜਾਣੀ ਪਤਾ ਨਹੀਂ ਤੇ ਮੈਂ ਇਹ ਤਾਂ ਦੱਸ ਵੀ ਆਨਲਾਈਨ ਕਲਾਸ ਆ ਗਾ ਤੇ ਠੀਕ ਆ ਹੈ ਦੱਸ ਲੈ ਇਹ ਤਾਂ ਘਰ ਹੀ ਬੈਠੇ ਆਈ ਉਹ ਪ੍ਰਿੰਸੀਪਲ ਸਾਹਿਬ ਕਿੰਨੇ ਕੁ ਮਤਲਬ ਸੁਭਾਅ ਕਿੱਦਾਂ ਦੇ ਇਹਨਾਂ ਦਾ ਬਹੁਤ ਵਧੀਆ ਜੀ ਡਰ ਨਹੀਂ ਲੱਗਦਾ ਹੁੰਦਾ ਜਦੋਂ ਸਕੂਲ ਲੱਗਾ ਹੁੰਦਾ ਲੱਗਦਾ ਡਰ ਮੈਡਮਾਂ ਤੋਂ ਜ਼ਿਆਦਾ ਲੱਗਦਾ ਸਾਰੀਆਂ ਮੈਡਮਾਂ ਤੋਂ ਜਾਂ ਇੱਕ ਮੈਡਮ ਤੋਂ ਸਾਰੀਆਂ ਜ਼ਿਆਦਾ ਕਿਹੜੇ ਮੈਡਮ ਕੁੱਟਦੇ ਹੁੰਦੇ ਕੁੱਟਦੇ ਵੀ ਹੁੰਦੇ ਜਾਂ ਹੁਣ ਨਹੀਂ ਹੁਣ ਤਾਂ ਸਕੂਲਾਂ 'ਚ ਕੁੱਟਦੇ ਨਹੀਂ ਹੈਗੇ ਮੈਨੂੰ ਲੱਗਦਾ ਤੇਰੇ ਪੈ ਜਾਂਦੀਆਂ ਹੋਣੀਆਂ ਹੈ ਪੈਂਦੀਆਂ ਗੱਲ ਤਾਂ ਕਰਦਾ ਹੁੰਦਾ ਗਲਤਾਂ ਕਰਦਾ ਹੁੰਦਾ ਪਰਮਾਤਮਾ ਕਰੇ ਤੂੰ ਮੈਡਲ ਲੈ ਕੇ ਆਵੇ ਛੇਤੀ ਛੇਤੀ ਠੀਕ ਹੈ ਤੇ ਸਤਿ ਸ਼੍ਰੀ ਅਕਾਲ ਆਪਣਾ ਕੀ ਨਾਮ ਆ ਬਲਕਰਨ ਸਿੰਘ ਠੀਕ ਆ ਤੇ ਤੁਸੀਂ ਵੀ ਅਥਲੈਟਿਕ ਦੇ ਵਿੱਚ ਦੌੜ ਸ਼ਾਰਟ ਪੁੱਟ ਤੇ ਕਿੰਨੀ ਉਮਰ ਹੋ ਗਈ 13 ਸਾਲ ਤੇ ਬਹੁਤ ਤੇਰੀ ਉਮਰ ਕਿੰਨੀ ਆ 14 ਤੁਸੀਂ ਪਿਛਲੇ ਸਾਲ ਮੈਡਲ ਲਿਆ ਉਸ ਤੋਂ ਪਹਿਲਾਂ ਵੀ ਮੈਨੂੰ ਤਾਂ ਇਹ ਲੱਗਦਾ ਨਹੀਂ ਕਿ ਇਹਦਾ ਇੰਨਾ ਧਿਆਨ ਨਹੀਂ ਲੱਗਦਾ ਲੈਓ ਮੈਡਲ ਕਹੋ ਕਿ ਨਹੀਂ ਰਨਿੰਗ ਹੀ ਕਰਦਾ ਹੁੰਦਾ ਸੀ ਸਟੇਟ ਖੇਡ ਚੁੱਕਿਆ ਕਿਹੜੇ ਸਾਲ ਚ ਸਟੇਟ ਖੇਡਿਆ ਸੀ ਦੋ ਤਿੰਨ ਸਾਲ ਹੋ ਗਿਆ ਮੈਡਲ ਆਇਆ ਕੋਈ
ਡਿਸਟ੍ਰਿਕਟ 'ਚ ਆਇਆ ਸੀ ਸਟੇਟ ਲੈਵਲ 'ਚ ਨਹੀਂ ਆਇਆ ਮੈਡਲ ਅਤੇ ਪਾਪਾ ਨੇ ਸਜ਼ਾ ਦਿੱਤੀ ਕੋਈ ਜਦੋਂ ਮੁੜ ਕੇ ਹਾਰ ਕੇ ਆਇਆ ਨਹੀਂ ਦਿੱਤੀ ਸੀ ਸਹੀ ਆ ਅਤੇ ਤੁਸੀਂ ਤਾਂ ਇਹਨੂੰ ਚੰਗਾ ਛੇੜਿਆ ਹੋਣਾ ਤਾਂ ਉਹ ਕੁਛ ਨਹੀਂ ਆਇਆ ਮੈਡਲ ਮੁਡਲ ਚੰਗਾ ਇਹਦਾ ਜਲੂਸ ਕੱਢਿਆ ਹੋਣਾ ਵੱਧ ਮੈਡਲ ਜਿੱਤਣੇ ਹਲੇ ਮੇਰਾ ਟਾਈਮ ਮਾਰ ਦਿਓ ਅੱਛਾ ਹਲੇ ਮੈਂ ਛੋਟਾ ਆਇਆ ਗਿਆ ਪੱਕੀ ਗੱਲ ਆ ਪੱਕੀ ਗੱਲ ਪਹਿਲਾਂ ਤੇਰੀ ਗੱਲ ਰਿਕਾਰਡ ਰਹਿ ਜਾਣੀ ਆ ਜੇ ਕਦੇ ਕੋਈ ਨਾ ਮੈਡਲ ਆਇਆ ਨਾ ਵੀਡੀਓ ਤੁਹਾਨੂੰ ਸਾਰੀ ਉਮਰ ਦਿਖਾ ਕੇ ਇਹਨਾਂ ਨੇ ਤੇਰਾ ਉਹ ਜਲੂਸ ਕੱਢਣਾ ਚੇਤਾ ਰੱਖੀ ਜਿੱਦਾਂ ਹੁਣ ਸੁਪਨੇ ਕੀ ਆ ਵਰਲਡ ਚੈਂਪੀਅਨ ਵਰਲਡ ਚੈਂਪੀਅਨ ਆਈਡਲ ਕੌਣ ਆ ਤੁਹਾਡਾ ਤੇ ਪੁੱਤ ਤੁਹਾਡਾ ਵੀ ਕੋਈ ਆਈਡਲ ਹੈਗਾ ਮੇਰੇ ਆਈਡਲ ਮੇਰੇ ਪਾਪਾ ਹੀ ਹੈ ਆਪ ਬਹੁਤ ਸੋਹਣੀ ਗੱਲ ਕੀਤੀ ਅਤੇ ਭਾਅ ਜੀ ਇੱਕ ਚੀਜ਼ ਹੋਰ ਜਿੱਦਾਂ ਹੈ ਨਾ ਬਹੁਤ ਆਪਣੇ ਪਿੰਡਾਂ 'ਚ ਹੋ ਗਿਆ ਪੰਜਾਬ ਦੇ ਵਿੱਚ ਤਾਂ ਫਿਰ ਵੀ ਬਹੁਤ ਆਪਾਂ ਘੱਟ ਕਹਿ ਸਕਦੇ ਹਾਂ ਪੂਰੇ ਇੰਡੀਆ ਦੇ ਵਿੱਚ ਤਾਂ ਇੱਦਾਂ ਹੈਗਾ ਕਿ ਕਹਿੰਦੇ ਹੁੰਦੇ ਆ ਧੀਆਂ ਨੂੰ ਲੋਕ ਕੁੱਖਾਂ 'ਚ ਵੀ ਮਾਰ ਦਿੰਦੇ ਆ ਅੱਜ ਜਿੱਦਾਂ ਆਪਾਂ ਕਿਹੜੀ ਕਿਹੜੀ 21ਵੀਂ ਸਦੀ ਦੇ ਵਿੱਚ ਹੈ ਨਾ ਫਿਰ ਵੀ ਧੀਆਂ ਨੂੰ ਲੋਕ ਕੂੜੇ 'ਤੇ ਸੈੱਟ ਜਾਂਦੇ ਹੈ ਨਾ ਜਿੱਦਾਂ ਪਰ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਮਤਲਬ ਫਾਈਟਰ ਵਾਂਗੂ ਟ੍ਰੇਨਡ ਕਰਦੇ ਪਏ ਆ ਅਤੇ ਤੁਸੀਂ ਜਦੋਂ ਇਹ ਹੋਈਆਂ ਸੀ ਕਦੇ ਇੱਦਾਂ ਤਾਂ ਨਹੀਂ ਮਨ 'ਚ ਆਇਆ ਸੀ ਵੀ ਕੁੜੀਆਂ ਹੋ ਗਈਆਂ ਹਾਂ ਅਸੀਂ ਬੜੀ ਖੁਸ਼ੀ ਹੋਈ ਸੀ ਕੁੜੀਆਂ ਨੂੰ ਤਾਂ ਸਗੋਂ ਜ਼ਿਆਦਾ ਮਤਲਬ ਜੇ ਤੁਸੀਂ ਮਿਹਨਤ ਕਰੋਗੀਆਂ ਕੁੜੀਆਂ ਤਾਂ ਜ਼ਿਆਦਾ ਤਕੜੇ ਮੁਕਾਮ 'ਤੇ ਪਹੁੰਚ ਜਾਂਦੀਆਂ ਕਿਉਂਕਿ ਕੁੜੀਆਂ ਦਾ ਕੰਪੀਟੀਸ਼ਨ ਥੋੜ੍ਹਾ ਜਿਹਾ ਮੁੰਡਿਆਂ ਨਾਲੋਂ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਘੱਟ ਪੈਂਦਾ ਅਤੇ ਤੁਸੀਂ ਦੇਸ਼ 'ਚ ਵੀ ਦੇਖ ਲਓ ਜਿਹੜੀਆਂ ਵੱਡੀਆਂ ਅਥਲੀਟਸ ਹੈਗੀਆਂ ਹਿਮਾ ਦਾਸ ਕੁੜੀ ਹੈ ਨਾ ਅਤੇ ਜਿੰਨੀਆਂ ਵੀ ਵੱਡੀਆਂ ਖਿਡਾਰਨਾਂ ਹੈਗੀਆਂ ਅਤੇ ਕੁੜੀਆਂ ਵਧੀਆ ਕਰ ਰਹੀਆਂ ਮੁੰਡਿਆਂ ਦੇ ਵਿਚਾਰ ਵਿੱਚ ਸਹੀ ਆ ਮਤਲਬ ਪੰਜਾਬ 'ਚ ਆਉਣ ਵਾਲੇ ਟਾਈਮ 'ਚ ਮੁੰਡੇ ਤਾਂ ਵੀ ਦੇਖ ਲਾ ਮੈਨੂੰ ਲੱਗਦਾ ਨਹੀਂ ਤੇ ਤੂੰ ਟੱਕਰ ਦੇ ਹੋਊ ਇਹਨਾਂ ਨੂੰ ਦਊਂਗਾ ਟੱਕਰ ਪੂਰੀ ਹਾਂਜੀ ਠੀਕ ਹੈ ਅਤੇ ਜਸਮੀਨ ਤੁਸੀਂ ਹੋਰ ਕੁਛ ਕਹਿਣਾ ਚਾਹੁੰਦੇ ਹਾਂ ਹਾਂਜੀ ਸਰ ਮੈਂ ਇੱਕ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੀ ਕਿ ਉਹ ਲੋਕਡਾਊਨ ਚੱਲ ਰਿਹਾ ਅਤੇ ਖਿਡਾਰੀਆਂ ਦਾ ਬਹੁਤ ਮਾੜਾ ਹਾਲ ਹੈ ਅਤੇ ਉਹ ਖਿਡਾਰੀਆਂ ਨੂੰ ਮਤਲਬ ਥੋੜ੍ਹੀ ਉਹਨਾਂ ਦੀ ਹੈਲਪ ਕਰਨ ਜਿੱਦਾਂ ਜਿਹੜੇ ਸਪੋਰਟਸ ਵਿੰਗ ਬੰਦ ਹੈ ਉਹਨਾਂ ਨੂੰ ਖੋਲ੍ਹਿਆ ਜਾਵੇ ਅਤੇ ਮੈਂ ਆਪਣੇ ਜਿਹੜੇ ਵੀ ਇਹ ਵੀਡੀਓਜ਼ ਦੇਖ ਰਹੇ ਆਪਣੇ ਛੋਟੇ ਵੱਡੇ ਵੀਰ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਤੁਹਾਡੇ ਪੇਰੈਂਟਸ ਤੁਹਾਡੇ ਲਈ ਕਿੰਨਾ ਕੁਛ ਕਰਦੇ ਉਹ ਤੁਹਾਡੇ ਉੱਤੋਂ ਆਪਣਾ ਸਭ ਕੁਝ ਵਾਰ ਦਿੰਦੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ ਪਰ ਤੁਹਾਤੋਂ ਉਹ ਸਿਰਫ ਇੱਕੋ ਚੀਜ਼ ਐਕਸਪੈਕਟ ਕਰਦੇ ਕਿ ਤੁਸੀਂ ਇੱਕ ਚੰਗੀ ਸਕਸੈਸਫੁਲ ਮਤਲਬ ਲਾਈਫ ਜੀਓ ਅਤੇ ਇੱਕ ਚੰਗੇ ਇਨਸਾਨ ਬਣੋ ਪਰ ਹੁਣ ਤਾਂ ਹੁਣ ਬੱਚਿਆਂ ਨੂੰ ਮੋਬਾਈਲ ਮਿਲ ਗਏ ਮੋਬਾਈਲ ਮਤਲਬ ਤੁਸੀਂ ਮੋਬਾਈਲ ਦਾ ਘੱਟ ਤੋਂ ਘੱਟ ਯੂਜ਼ ਕਰੋ ਅਤੇ ਚੰਗਾ ਯੂਜ਼ ਕਰੋ ਅਤੇ ਸਾਡੀ ਜਿਹੜੀ ਇਹ ਲਾਈਫ ਹੈ ਬਹੁਤ ਛੋਟੀ ਲਾਈਫ ਹੈ ਜਿੱਦਾਂ ਇਹ ਹੁਣ ਕਿੰਨੀ ਆਪਾਂ ਇਹ ਲਾਈਫ ਕਿੰਨੀ ਜੀਣੀ ਹੈ ਉਸ ਅਕਾਲ ਪੁਰਖ ਨੂੰ ਪਤਾ ਪਰ ਅਸੀਂ ਇਹ ਲਾਈਫ ਆਪਣੀ ਕਿਵੇਂ ਜੀਣੀ ਹੈ ਇਹ ਸਾਨੂੰ ਪਤਾ ਇਹ ਸਾਡੇ ਹੱਥ ਵਿੱਚ ਹੈ ਅਤੇ ਸਾਨੂੰ ਆਪਣੀ ਲਾਈਫ ਮਤਲਬ ਵੱਡੀ ਲਾਈਫ ਜੀਣੀ ਚਾਹੀਦੀ ਜਿੱਦਾਂ ਠੀਕ ਹੈ ਅਤੇ ਮੇਰੀ ਪੇਰੈਂਟਸ ਨੂੰ ਵੀ ਇੱਕ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਤਲਬ ਜੋ ਕਰਨਾ ਚਾਹੁੰਦੇ ਜੋ ਉਹਨਾਂ ਦਾ ਡ੍ਰੀਮ ਹੈ ਉਹਨਾਂ ਨੂੰ ਮਤਲਬ ਅਚੀਵ ਕਰਨ ਵਿੱਚ ਉਹਨਾਂ ਦੀ ਪੂਰੀ ਮਦਦ ਕਰਨ ਜਿੱਦਾਂ ਸਾਡੇ ਫਾਦਰ ਸਾਹਿਬ ਨੇ ਸਾਨੂੰ ਜੋ ਮਤਲਬ ਅਸੀਂ ਚਾਹੁੰਦੇ ਉਹਨਾਂ ਨੇ ਸਾਨੂੰ ਮਤਲਬ ਲੈ ਕੇ ਦਿੱਤਾ ਜਾਂ ਫਿਰ ਜੋ ਸਾਡੇ ਡ੍ਰੀਮ ਹੈ ਉਹਨਾਂ ਨੂੰ ਪੂਰਾ ਕਰਨ ਦੀ ਸਾਡੀ ਸਮਝ ਸਾਡੇ ਨਾਲ ਸਾਡੀ ਸਪੋਰਟ ਕੀਤੀ ਕਿ ਤੁਸੀਂ ਇਹ ਕਰੋ ਮੈਂ ਤੁਹਾਡੇ ਨਾਲ ਤੁਹਾਡੇ ਪਿੱਛੇ ਖੜ੍ਹਾਂ ਅਤੇ ਇਸੇ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਅੱਗੇ ਤੱਕ ਮਤਲਬ ਲੈ ਕੇ ਜਾਓ ਉਹਨਾਂ ਦੀ ਸਪੋਰਟ ਕਰੋ ਵੱਧ ਤੋਂ ਵੱਧ ਹਾਂਜੀ ਭਾਅ ਜੀ ਇੱਕ ਮੈਂ ਅਪੀਲ ਕਰਨੀ ਚਾਹੁੰਦਾ ਸੀ ਜਿਹੜੇ NRIs ਹੈ ਨਾ ਪੰਜਾਬ ਤੋਂ ਬੜੇ ਰਿਚ ਹੈ ਫੋਰਨ ਕੰਟਰੀਜ਼ ਦੇ ਵਿੱਚ ਉਹ ਕਈ ਵਾਰ ਮੈਂ ਦੇਖਿਆ ਕਿ ਇੱਥੇ ਨਾ ਵੇਸਟ ਆਫ ਮਨੀ ਬਹੁਤ ਹੁੰਦਾ ਹੈ ਨਾ ਪੈਸੇ ਭੇਜਦੇ ਕਦੇ ਕਿਸੇ ਵਾਸਤੇ ਕਦੇ ਕਿਸੇ ਮੈਂ ਇੱਥੇ ਦੇਖਿਆ ਕਿ ਸਾਡੇ ਖਿਡਾਰੀ ਆ ਜਿਹੜੇ ਉਹਨਾਂ ਦੀ ਹੈਲਪ ਬਹੁਤ ਘੱਟ ਹੁੰਦੀ ਹੈ ਰੁੜਦੇ ਆ ਖਿਡਾਰੀ ਮੈਂ ਤੁਹਾਨੂੰ ਆਪਣਾ ਹੀ ਦੱਸ ਦੇਣਾ ਪਿਛਲੀ ਵਾਰੀ ਲੋਕਡਾਊਨ ਸੀ ਸਕੂਲ ਬੰਦ ਰਿਹਾ ਅਤੇ ਸਾਡੇ 4 ਖਿਡਾਰੀ ਨੈਸ਼ਨਲ ਵਾਸਤੇ ਸਿਲੈਕਟ ਹੋਏ ਸੀ ਜਿਹਦੇ ਵਿੱਚ ਉਹ ਕਿਉਂਕਿ ਟ੍ਰੇਨਾਂ ਨਹੀਂ ਚੱਲ ਰਹੀਆਂ ਸੀ ਹੈ ਨਾ ਅਤੇ ਸਾਨੂੰ ਬਾਈ ਏਅਰ ਜਾਣਾ ਪਿਆ ਬਾਈ ਏਅਰ ਦਾ ਖਰਚਾ ਬਹੁਤ ਹੈ ਸਾਡੀ ਮਤਲਬ ਇੱਕ ਕੁੜੀ ਤਾਂ ਰਹਿ ਗਈ ਜਾਣ ਤੋਂ ਹੈ ਨਾ ਨਹੀਂ ਜਾ ਪਾਈ ਹੋ ਸਕਦਾ ਉੱਥੇ ਜਾ ਕੇ ਉਹ ਕੁਛ ਮੈਡਲ ਲੈ ਕੇ ਆਉਂਦੀ ਅਤੇ ਇੱਦਾਂ ਮੈਂ ਸੋਚਦਾ ਹੁੰਦਾ ਕਈ ਵਾਰ ਵੀ ਜਿਹੜੇ ਜਿੱਦਾਂ ਕਬੱਡੀ 'ਤੇ ਬਹੁਤ ਪੈਸਾ ਆਉਂਦਾ ਬਾਹਰ ਅਤੇ ਕਬੱਡੀ ਥੋੜ੍ਹੀ ਬਦਨਾਮ ਵੀ ਹੋਈ ਹੈ ਬੇਸ਼ੱਕ ਚਲੋ ਸਾਡੀ ਮਾਂ ਖੇਡ ਹੈ ਪਰ ਬਦਨਾਮ ਹੋਈ ਹੈ ਡਰੱਗਸ ਕਰਕੇ ਅਤੇ ਮੈਂ ਚਾਹੁੰਦਾ ਸੀ ਜਿੰਨਾ ਪੈਸਾ ਕਬੱਡੀ 'ਤੇ ਆਉਂਦਾ ਜੇ ਕਿਤੇ ਉਹਦਾ 10ਵਾਂ ਹਿੱਸਾ ਵੀ ਹੋਰ ਗੇਮਸ ਜਿਵੇਂ ਐਥਲੈਟਿਕਸ ਵਰਗੀ ਖੇਡ ਹੈ ਜਿਹਦੇ ਵਿੱਚ ਪੰਜਾਬ ਦੀ ਸਰਦਾਰੀ ਰਹੀ ਪਾਸਟ ਦੇ ਵਿੱਚ ਤਾਂ ਸਾਡੀਆਂ ਇਹ ਖੇਡਾਂ ਵੀ ਅੱਗੇ ਵੱਧ ਸਕਦੀਆਂ ਕਿਉਂਕਿ ਅਸੀਂ ਇੱਕ ਇੰਡੀਵਿਜੁਅਲ ਨੂੰ ਬੜੀ ਆਸਾਨੀ ਨਾਲ ਸੰਭਾਲ ਸਕਦੇ ਕਿਉਂਕਿ ਡਾਇਟ 'ਤੇ ਬੜਾ ਖਰਚਾ ਅੱਜ ਦੀ ਡੇਟ ਦੇ ਵਿੱਚ ਜੇ NRI ਵੀਰ ਕੋਈ ਕਿਸੇ ਦੀ ਮਦਦ ਕਰਨੀ ਚਾਹੁੰਦਾ ਤਾਂ ਮੈਨੂੰ ਲੱਗਦਾ ਕਿ ਖਿਡਾਰੀਆਂ ਦੀ
ਜਿਹੜੀ ਬਹੁਤ ਕਿਉਂਕਿ ਐਥਲੈਟਿਕਸ ਹੈ ਜਿਹੜੀ ਉਹ ਗਰੀਬ ਘਰਾਂ ਦੇ ਬੱਚੇ ਖੇਡਦੇ ਜ਼ਿਆਦਾ ਅਤੇ ਉਹਨਾਂ ਨੂੰ ਬਹੁਤ ਲੋੜ ਹੁੰਦੀ ਹੁਣ ਮੇਰੇ ਕੋਲ ਬੱਚੇ ਆਉਂਦੇ ਆ ਪ੍ਰੈਕਟਿਸ ਤਾਂ ਬਹੁਤ ਕਰਦੇ ਮਿਹਨਤੀ ਬੜੇ ਆ ਡਾਇਟ ਪੱਖੋਂ ਮਾਰ ਖਾ ਜਾਂਦੇ ਆ ਬਿਲਕੁਲ ਜਾਂ ਡਾਇਟ ਪੱਖੋਂ ਹੀ ਮਾਰ ਖਾ ਜਾਂਦੀ ਕਿਉਂਕਿ ਤੁਹਾਨੂੰ ਤਾਂ ਜਿੱਦਾਂ ਆਪਣੇ ਬੱਚਿਆਂ ਦਾ ਪਤਾ ਹੈ ਨਾ ਕਿ ਜਿਹੜਾ ਕੋਚ ਹੁੰਦਾ ਉਹਨੂੰ ਪਤਾ ਹੁੰਦਾ ਬੇਸ਼ੱਕ ਤੁਹਾਡਾ ਆਪਣਾ ਬੱਚਾ ਆ ਜਾਂ ਤੁਹਾਡੇ ਕੋਲ ਮਤਲਬ ਤੁਹਾਡੇ ਸਕੂਲ ਦਾ ਬੱਚਾ ਉਹਨੂੰ ਪਤਾ ਹੁੰਦਾ ਵੀ ਕਿੱਥੇ ਤੱਕ ਜਾ ਸਕਦਾ ਹੈ ਨਾ ਅਸੀਂ ਕਈ ਵਾਰੀ ਕੋਸ਼ਿਸ਼ ਕਰੀਦੀ ਕਿ ਇਕੱਠਾ ਜਿਹਾ ਕਰਕੇ ਬੱਚਿਆਂ ਨੂੰ ਪ੍ਰੋਟੀਨ ਬਣਾ ਕੇ ਦੇ ਦਈਏ ਪਰ ਬਹੁਤ ਕੁਛ ਅਸੀਂ ਵੀ ਨਹੀਂ ਕਰ ਸਕਦੇ ਕਿਉਂਕਿ ਬੱਚੇ ਕਾਫੀ ਹੋ ਜਾਂਦੇ ਜਿੱਦਾਂ ਅਤੇ ਤਾਂ ਸਾਡੀ ਇੱਕ ਅਪੀਲ ਸੀ ਤੁਹਾਡੇ ਥਰੂ ਕਿ ਜੇ ਕੋਈ NRI ਵੀਰ ਮਦਦ ਕਰਨੀ ਚਾਹੁੰਦਾ ਤਾਂ ਸਾਡੇ ਕੋਲ ਬੜੇ ਟੈਲੈਂਟਡ ਖਿਡਾਰੀ ਆ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਕਰਨਾ ਅਤੇ ਜਿਨ੍ਹਾਂ ਨੂੰ ਹੁਣ ਤੋਂ ਹੀ ਸਾਂਭ ਲਿਆ ਜਾਵੇ ਤਾਂ ਇਹ ਮਤਲਬ ਬਹੁਤ ਵੱਡਾ ਕਾਰਨਾਮਾ ਕਰਨ ਦੇ ਭਵਿੱਖ ਦੇ ਵਿੱਚ ਇਹਦੇ 'ਚ ਮੈਂ ਇੱਕ ਚੀਜ਼ ਜਿੱਦਾਂ ਜੋੜ ਦੇਣੀ ਚਾਹੁੰਦਾ ਜਿੱਦਾਂ NRI ਜੇ ਹੈ ਨਾ ਮੰਨ ਲਓ ਜਿੱਦਾਂ ਹੁਣ ਤੁਹਾਡੇ ਕੋਲ ਇੱਥੇ ਇੱਕ ਅਕੈਡਮੀ ਆ ਜੇ ਮੰਨ ਲਓ ਆਪਾਂ ਸਪੋਜ਼ ਕਰ ਲਈ ਕਿ ਰੋਪੜ ਜ਼ਿਲ੍ਹੇ ਦੇ ਵਿੱਚ 4 ਅਕੈਡਮੀਆਂ ਆ ਉੱਥੇ 20-20 ਖਿਡਾਰੀ ਇੱਕ ਮਤਲਬ ਅਕੈਡਮੀ ਦੇ ਵਿੱਚ ਹੈਗੇ ਆ ਹੈ ਨਾ ਜੇ ਉਹਨਾਂ ਨੂੰ ਮਤਲਬ 20-20 NRI ਵੀ ਸਾਂਭ ਲੈਣ ਮਤਲਬ 20 NRI ਇੱਕ ਅਕੈਡਮੀ ਨੂੰ ਸਾਂਭ ਲੈਣਾ ਨਾ ਅਸੀਂ ਇੱਥੋਂ ਖਿਡਾਰੀਆਂ ਦੀ ਫੌਜ ਤਿਆਰ ਕਰਾਂਗੇ ਤਾਂ ਮੈਨੂੰ ਲੱਗਦਾ ਪੰਜਾਬ ਕਿਤੇ ਦੀ ਕਿਤੇ ਜਾ ਸਕਦਾ ਹੈ ਨਾ ਕਿਉਂਕਿ ਕਿਸੇ ਕੌਮ ਦਾ ਦੇਖੋ ਤਕੜਾ ਔਰ ਮਾੜਾ ਹੋਣਾ ਡਿਪੈਂਡ ਕਰਦਾ ਹੁੰਦਾ ਉੱਥੋਂ ਦੇ ਖਿਡਾਰੀ ਕਿੱਦਾਂ ਦੇ ਜਦੋਂ ਅਸੀਂ ਨੈਸ਼ਨਲ ਦੇ ਵਿੱਚ ਜਾਂਦੇ ਜੇ ਪੰਜਾਬ ਟੌਪ 'ਤੇ ਹੋਏ ਮੈਡਲ ਦੇ ਵਿੱਚ ਤਾਂ ਕਿੰਨਾ ਮਾਣ ਵੱਧਦਾ ਹੈਗਾ ਹੈ ਨਾ ਕੌਮ ਦਾ ਬਿਲਕੁਲ ਹੁਣ ਆਪਾਂ ਬਹੁਤ ਥੱਲੇ ਰਹਿ ਗਏ ਬਿਲਕੁਲ ਜਿੱਦਾਂ ਪਹਿਲਾਂ ਵੀ ਆਪਾਂ ਜੇ ਗੱਲ ਕੀਤੀ ਆ ਵੀ ਜਿਹੜਾ ਹਰਪ੍ਰੀਤ ਬਰਾੜ ਮੋਗੇ ਦਾ ਆ ਉੱਥੇ ਤਾਂ ਤੁਸੀਂ ਇੱਕ ਖਿਡਾਰੀ ਦਾ ਨਾਮ ਲਿਆ ਸੀ ਜਿਹੜਾ ਹਾਂਜੀ ਮੈਂ ਦੇਖ ਰਿਹਾ ਸੀ ਵੀਡੀਓ ਵਾਇਰਲ ਹੋਈ ਅਤੇ ਕਾਫੀ ਚੈਨਲਾਂ ਦੇ ਵਿੱਚ ਉਹ ਮੁੰਡੇ ਦੀ ਗੱਲ ਹੋ ਰਹੀ ਸੀ ਕ੍ਰਿਕਟਰ ਦੀ ਤਾਂ ਮੈਂ ਸੋਚਦਾ ਸੀ ਕਿ ਦੇਖੋ ਉਸੀ ਸ਼ਹਿਰ ਦਾ ਇੱਕ ਮੁੰਡਾ ਹੈ ਜਿਹੜਾ ਏਸ਼ੀਅਨ ਮੈਡਲਿਸਟ ਹੈ ਰਿਕਾਰਡ ਹੈ ਉਹਦਾ ਅਤੇ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਉਹ ਤਜਿੰਦਰ ਸਿੰਘ ਤੂਰ ਸ਼ਾਰਟਪੁੱਟ ਦਾ ਬਹੁਤ ਤਕੜਾ ਖਿਡਾਰੀ ਹੈ ਇੰਡੀਆ ਦਾ ਬਹੁਤ ਮਿਹਨਤੀ ਮੁੰਡਾ ਹੈਗਾ ਅਤੇ ਉਹਦਾ ਜ਼ਿਕਰ ਨਹੀਂ ਇੰਨਾ ਹੋਇਆ ਜਿੰਨਾ ਉਹ ਮੁੰਡੇ ਦਾ ਕ੍ਰਿਕਟਰ ਦਾ ਹੋ ਗਿਆ ਕੁਛ ਇੱਕ ਦੋ ਗੱਲਾਂ ਕੀਤੀਆਂ ਉਹਨੇ ਮੇਰੇ ਖਿਆਲ ਜਿਹੜੀਆਂ ਵਾਇਰਲ ਜ਼ਿਆਦਾ ਹੋ ਗਈਆਂ ਸੋ ਇਸ ਤਰ੍ਹਾਂ ਕਈ ਵਾਰੀ ਦੁੱਖ ਵੀ ਲੱਗਦਾ ਕਿ ਜ਼ਿਆਦਾ ਮਿਹਨਤ ਵਾਲੇ ਕਈ ਵਾਰੀ ਬੰਦੇ ਪਿੱਛੇ ਰਹਿ ਜਾਂਦੇ ਹਨ ਇੱਕ ਤਾਂ ਉਹਨੇ ਉਸ ਜਿਹੜੀ ਗੱਲਬਾਤ ਹੈ ਉਹ ਸਾਰੀ ਪੰਜਾਬੀ 'ਚ ਕੀਤੀ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਇੱਕ ਮੇਨ ਕਾਰਨ ਉਹ ਵੀ ਹੈ ਜੇ ਉਹ ਅੰਗਰੇਜ਼ੀ 'ਚ ਬੋਲ ਜਾਂਦਾ ਜਾਂ ਉਹ ਇੰਨਾ ਵਾਇਰਲ ਨਾ ਹੁੰਦਾ ਚਲੋ ਸਾਨੂੰ ਉਹਦੇ 'ਤੇ ਵੀ ਹਾਂ ਮਾਣ ਵਾਲੀ ਗੱਲ ਆ ਕਿ ਉਹ ਪੰਜਾਬੀ ਬੋਲਿਆ ਇਹ ਵੀ ਮਾਣ ਵਾਲੀ ਗੱਲ ਆ ਅਤੇ ਜਸਮੀਨ ਜਾਂ ਬੱਚੇ ਤੁਹਾਡੇ ਇਹ ਮਤਲਬ ਗਰਾਊਂਡ ਤੋਂ ਇਲਾਵਾ ਕੋਈ ਹੋਰ ਕੋਈ ਸ਼ੌਂਕ ਆ ਪ੍ਰੈਕਟਿਸ ਤੋਂ ਇਲਾਵਾ ਕੋਈ ਹੋਰ ਸ਼ੌਂਕ ਆ ਬੁੱਕਸ ਪੜ੍ਹਨ ਦਾ ਸ਼ੌਂਕ ਹੈ ਅਤੇ ਮੈਂ ਪਾਪਾ ਤੋਂ ਮੰਗਵਾਉਂਦੀ ਰਹਿੰਦੀ ਬੁੱਕਸ ਪੜ੍ਹਨ ਵਾਸਤੇ ਅਤੇ ਹੁਣ ਮੈਂ ਲੋਕਡਾਊਨ ਵਿੱਚ ਇੱਕ ਬੁੱਕ ਖਤਮ ਕੀਤੀ ਹੈ ਠੀਕ ਆ ਵੈਸੇ ਕਿਹੜੀ ਕਲਾਸ ਪੜ੍ਹਦੇ ਆ ਤੁਸੀਂ ਮੈਂ 12th ਦੇ ਵਿੱਚ ਠੀਕ ਹੈ ਮਤਲਬ ਉਹ ਕਿਤੇ ਉਹ ਤੁਹਾਨੂੰ ਉਹ ਵਾਲੀ ਮੌਜ ਤਾਂ ਨਹੀਂ ਹੈਗੀ ਵੀ ਔਨਲਾਈਨ ਕਲਾਸਾਂ ਆ ਪੇਪਰ ਔਨਲਾਈਨ ਪਾਊਗੇ ਨਹੀਂ ਮੇਰੀ ਹੋ ਗਈ ਮੇਰੀ ਮਤਲਬ ਪਾਸ ਆਊਟ ਹੋ ਗਈ ਬਸ ਅੱਛਾ ਪਾਸ ਆਊਟ ਹੋ ਗਿਆ ਠੀਕ ਹੈ ਬੱਚੇ ਧੰਨਵਾਦ ਦੋਸਤੋ ਇਹ ਸਨ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀਆਂ ਧੀਆਂ ਅਤੇ ਉਹਨਾਂ ਦੀ ਅਕੈਡਮੀ ਦੇ ਬਾਕੀ ਬੱਚੇ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਚੰਗੀ ਲੱਗੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਇੱਦਾਂ ਦੇ ਬੱਚਿਆਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਚੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੇ ਨਿੱਕੇ ਹੋਰ ਨਿੱਕੇ ਨਿੱਕੇ ਬੱਚੇ ਆ ਇੱਦਾਂ ਦੇ ਬੱਚਿਆਂ ਨੂੰ ਆਪਣਾ ਰੋਲ ਮਾਡਲ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਣ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ PV Euro 7 ਵਾਲੇ ਫੇਸਬੁੱਕ ਅਤੇ ਯੂਟਿਊਬ ਪੇਜ ਦੇ ਨਾਲ ਧੰਨਵਾਦ ਦੋਸਤੋ